ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ। ਐਂਡ ਬਿਲਕੁਲ ਬੜਾ ਵਧੀਆ ਮੌਸਮ ਹੈ। ਸਿੱਧਾ ਅਸੀਂ ਉਹੀ ਗੱਲ ਕਰ ਰਹੇ ਸੀ ਕਿ ਸਾਡੇ ਨਿਊਯਾਰਕ ਦੇ ਵਿੱਚ ਇੰਝ ਲੱਗਦਾ ਕਿ ਫਾਲ ਕਿਤੇ ਮਿਸ ਹੀ ਹੋ ਗਈ ਹੈ, ਯੂ ਨੋ, ਸਮਰਸ ਤੋਂ ਸਿੱਧਾ ਵਿੰਟਰਸ ਜੰਪ ਮਾਰ ਰਹੀ ਹੈ। ਬਟ ਐਨੀਵੇ, ਕਹਿੰਦੇ ਹਾਂ ਕਿ ਕੁਛ ਵੀ ਕਰ ਨਹੀਂ ਸਕਦੇ ਵੈਦਰ ਦਾ, ਬਟ ਅਸੀਂ ਕੁਛ ਨਾ ਕੁਛ ਕੱਢ ਲੈਂਦੇ ਹਾਂ ਕੰਪਲੇਨ ਕਰਨ ਨੂੰ। ਨੋਟ ਓਨਲੀ ਕੰਪਲੇਨ, ਆਈ ਥਿੰਕ ਮੈਨੀ ਪੀਪਲ ਲਾਈਕ ਦਿਸ ਵਿੰਟਰ, ਪਰ ਮੇਰਾ ਪਰਫੈਕਟ ਟਾਈਮ ਇਹ ਜ਼ਰੂਰ ਆਉਂਦਾ ਕਿ ਠੰਡੇ ਠੰਡੇ ਜਦੋਂ ਫੀਲ ਕਰ ਰਹੇ ਹੋਵੋ ਅਤੇ ਕੌਫੀ ਚਾਹ ਪਕੜ ਕੇ ਬੈਠ ਜਾਓ। ਆਈ ਵਿਸ਼ ਕਿ ਜ਼ਿਆਦਾ ਥੋੜ੍ਹਾ ਸਨੀ ਹੋਏ ਅੱਜ ਕੱਲ੍ਹ, ਵਿਚ ਇਜ਼ ਮਾਈ ਫੇਵਰੇਟ, ਕਿ ਥੋੜ੍ਹੀ ਧੁੱਪ ਸੇਕੀ ਜਾਏ। ਬਟ ਐਨੀਵੇਜ਼, ਤੁਸੀਂ ਵੀ ਆਈ ਐਮ ਸ਼ੋਰ ਤਿਆਰ ਹੋ ਅੱਜ ਦਾ ਸਵਾਲ ਸੁਣਨ ਵਾਸਤੇ ਅਤੇ ਧਿਆਨ ਨਾਲ ਸੁਣ ਕੇ ਜਵਾਬ ਦੇਣ ਵਾਸਤੇ। ਜੋ ਅੱਜ ਆਏ ਹੈ, ਜਿਨ੍ਹਾਂ ਦੀ ਗੱਲ ਹੋਈ ਹੈ ਮੇਰੇ ਨਾਲ, ਦੋ ਤਿੰਨ ਈਮੇਲਸ ਸ਼ੇਅਰ ਹੋਈਆਂ, ਫਿਰ ਫੋਨ 'ਤੇ ਗੱਲ ਹੋਈ, ਇਹ ਕਾਫੀ ਐਜੂਕੇਟਡ ਹੈਗੇ ਨੇ ਐਂਡ ਹਿੰਦੂ ਪੰਜਾਬੀ ਹੈ। ਯੂਜਲੀ ਤੁਸੀਂ, ਤੁਹਾਨੂੰ ਪਤਾ, ਅਸੀਂ ਆਈਡੈਂਟੀਫਾਈ ਕਰਕੇ ਕੋਈ ਵੀ ਪਰਟੀਕੁਲਰ ਨਹੀਂ ਦੱਸਦੇ, ਪਰ ਇਹਨਾਂ ਦਾ ਕਿੱਸਾ ਹੀ ਇਸ ਵੇਲੇ ਉਸ ਚੀਜ਼ ਦਾ, ਇਸ ਪਿੱਛੇ ਮੈਂ ਸ਼ੇਅਰ ਕਰ ਰਹੀ ਹਾਂ। ਸੋ ਹਿੰਦੂ ਪੰਜਾਬੀ ਹੈ ਔਰ ਕਹਿ ਰਹੇ ਹੈ ਕਿ ਕਾਫੀ ਦੇਰ ਤੋਂ ਇਹ ਬੜੇ ਛੋਟੇ ਜਿਹੇ ਸੀ, ਜਦ ਤੋਂ ਮਤਲਬ ਕਪਲ ਆਫ ਈਅਰਸ ਦੇ ਸੀ, ਦੋ ਤਿੰਨ ਸਾਲਾਂ ਦੇ ਜਦੋਂ ਦੇ ਇੱਥੇ ਸੈਟਲਡ ਹੈਗੇ ਹੈ, ਐਂਡ ਪੇਰੈਂਟਸ ਮੁੰਬਈ ਤੋਂ ਸੀ। ਫਿਰ ਇਹਨਾਂ ਨੇ ਜਿਹੜੀ ਆਪਣੀ ਮੈਡੀਸਨ ਹੈਗੀ ਹੈ ਉਹ ਜਾ ਕੇ ਮੁੰਬਈ ਤੋਂ ਕੀਤੀ, ਬੰਬੇ ਤੋਂ ਕਰਕੇ ਆਏ। ਐਂਡ ਉੱਥੇ ਕੋਈ ਮੁੰਡਾ ਜਿਹੜਾ ਮਿਲਿਆ, ਜਿਹੜਾ ਜਿਹਦੇ ਨਾਲ ਫਿਰ ਵਿਆਹ ਹੋਇਆ, ਔਰ ਕਾਫੀ ਦੇਰ ਜਾਣ ਤੋਂ ਬਾਅਦ, ਕਹਿੰਦੇ ਨੇ ਜਦੋਂ ਅਸੀਂ ਕਾਲਜ ਇਕੱਠੇ ਪੜ੍ਹਦੇ ਸੀ, ਥੋੜ੍ਹੀਆਂ ਕਲਾਸਾਂ ਨਾਲ ਸੀਗੀਆਂ, ਪਰ ਇੰਜ ਨਹੀਂ ਸੀ ਕਿ ਯੂ ਨੋ ਉਸ ਵੇਲੇ ਅਸੀਂ ਰਿਲੇਸ਼ਨਸ਼ਿਪ 'ਚ ਨਹੀਂ ਹੋਏ, ਜਾਣ ਪਛਾਣ ਸੀ, ਥੋੜ੍ਹੀ ਥੋੜ੍ਹੀ ਵਧੀ, ਫਰੈਂਡ ਸੀਗੇ, ਫਿਰ ਕਾਫੀ ਅੱਛਾ ਸੀ, ਇੱਕ ਦੂਜੇ ਨਾਲ ਸ਼ੇਅਰ ਕਰਨ ਲੱਗ ਗਏ, ਮਤਲਬ ਸਾਨੂੰ ਪਤਾ ਸੀ ਕਿ ਬਹੁਤ ਅੱਛੀ ਤਰ੍ਹਾਂ ਅਸੀਂ ਇੱਕ ਦੂਜੇ ਦੀ ਗੱਲ ਸੁਣਦੇ ਹਾਂ। ਪਰ ਫਿਰ ਵੀ ਜਦ ਮੈਂ ਇੱਥੇ ਵਾਪਸ ਆ ਗਈ, ਦੈਨ ਵੀ ਰਿਅਲਾਈਜ਼ ਕਿ ਅਸੀਂ ਇੰਨੀ ਇੱਕ ਦੂਜੇ ਨੂੰ ਸਪੋਰਟ ਕੀਤੀ ਹੈ। ਫਿਰ ਦੁਬਾਰਾ ਜਦੋਂ ਗਏ ਉਹ ਕਿਸੇ ਪੜ੍ਹਾਈ ਦੇ 'ਚ, ਉਹਦੇ ਕਰਕੇ ਹੀ ਫਿਰ 6-8 ਮਹੀਨੇ ਲਗਾ ਕੇ ਉਸ ਵਿੱਚ ਇਹਨਾਂ ਦੀ ਜ਼ਿਆਦਾ ਉਹ ਰਿਲੇਸ਼ਨਸ਼ਿਪ ਵਧਿਆ। ਐਂਡ ਉਸ ਹਿਸਾਬ ਨਾਲ ਕਹਿੰਦੇ ਨੇ 7 ਈਅਰਸ ਦੀ ਅਸੀਂ ਇੱਕ ਦੂਜੇ ਨੂੰ ਜਾਣਦੇ ਸੀ, ਪਰ ਤੁਸੀਂ ਕਹਿ ਸਕਦੇ ਹੋ ਕਿ 3-4 ਸਾਲ ਅਸੀਂ ਡੇਟ ਕੀਤਾ ਐਜ਼ ਅ ਯੂ ਨੋ ਬੋਏਫ੍ਰੈਂਡ ਗਰਲਫ੍ਰੈਂਡ। ਮੁੰਡਾ ਮੁਸਲਿਮ ਹੈ, ਇਹ ਹਿੰਦੂ ਨੇ, ਔਰ ਕਾਫੀ ਕਹਿੰਦੇ ਸਾਡੇ ਦਿਮਾਗ ਦੇ ਵਿੱਚ, ਉਹਦੇ ਦਿਮਾਗ ਦੇ ਵਿੱਚ ਇਸ ਚੀਜ਼ ਦੇ ਡਾਊਟ ਸੀਗੇ ਕਿ ਅਸੀਂ ਅੱਗੇ ਵਧੀਏ ਨਾ ਵਧੀਏ, ਮਤਲਬ ਵਿਆਹ ਦੇ ਉਹਦੇ 'ਚ। ਐਂਡ ਜਦੋਂ ਮੈਂ, ਮੇਰੇ ਕੁਛ ਨਹੀਂ ਸੀਗਾ, ਮੇਰੇ ਦਿਮਾਗ ਵਿੱਚ ਵੀ ਨਹੀਂ ਸੀ, ਕਿਉਂਕਿ ਮੇਰੀ ਫੈਮਿਲੀ ਵੀ ਬਹੁਤ ਓਪਨ ਹੈ, ਅਸੀਂ ਇੰਨੇ ਜ਼ਿਆਦਾ ਰਿਲੀਜੀਅਸ ਵੀ ਨਹੀਂ ਹੈਗੇ। ਸੋ ਕਹਿੰਦੇ ਕਿ ਬਸ ਬੋਂਬੇ ਦੇ ਅਸੀਂ ਗਣਪਤੀ ਨੂੰ ਮੰਨਦੇ ਹਾਂ, ਐਂਡ ਉਹਦੇ ਇਲਾਵਾ ਜ਼ਿਆਦਾ ਕੋਈ ਇੰਨਾ ਰਿਲੀਜਨ ਵੱਲ ਸਾਡਾ ਧਿਆਨ ਨਹੀਂ ਹੈ। ਪਰ ਸਮਹਾਓ ਜਦੋਂ ਉਹਨਾਂ ਦਾ, ਮੁੰਡੇ ਦਾ ਬਹੁਤ ਕੰਸਰਨ ਲੱਗਦਾ ਸੀ, ਤਾਂ ਕਹਿੰਦੇ ਨੇ ਕਿ ਮੈਂ ਬਹੁਤ ਕੌਨਸ਼ੀਅਸਲੀ ਪੁੱਛਿਆ ਵੀ ਇਹ ਕੀ ਚੀਜ਼ ਹੈ ਔਰ ਕੀ ਕਿਸ ਤਰ੍ਹਾਂ ਹੈ, ਉਹ ਮੁੰਡਾ ਪਿੱਛੋਂ ਕਸ਼ਮੀਰ ਤੋਂ ਹੈ। ਸੋ ਪੇਰੈਂਟਸ ਦਾ ਵੀ, ਬਈ ਉਹਨਾਂ ਦੀ ਕੀ ਰਜ਼ਾਮੰਦੀ, ਅਤੇ ਹਮੇਸ਼ਾ ਲੱਗਿਆ ਕਿ ਪੇਰੈਂਟਸ 'ਚ ਰਜ਼ਿਸਟੈਂਸ ਸੀਗੀ, ਇੰਨੀ ਐਕਸੈਪਟੈਂਸ ਨਹੀਂ ਸੀ ਕਿ ਹਾਂਜੀ ਕੋਈ ਗੱਲ ਨਹੀਂ ਹਿੰਦੂ ਕੁੜੀ ਨਾਲ ਕਰ ਲਓ। ਸੋ ਕਹਿੰਦੇ ਕਾਫੀ ਖੁੱਲ੍ਹ ਕੇ ਗੱਲਾਂ ਹੋਈਆਂ ਕਿ ਕਿਸ ਤਰ੍ਹਾਂ ਹੋਏਗਾ, ਉਹ ਕਹਿੰਦੇ ਕਿ ਅਸੀਂ ਕੋਈ ਗੱਲ ਨਹੀਂ, ਪੇਰੈਂਟ ਠੀਕ ਹੈ, ਸਿਰਫ ਤੁਸੀਂ ਕਸ਼ਮੀਰ ਜਾਣਾ, ਅਸੀਂ ਬੜੇ ਓਪਨ ਵੀ ਹਾਂ। ਇਹਦੇ ਬਾਰੇ ਵੀ ਬੜੀ ਗੱਲ ਹੋਈ, ਕਿਉਂਕਿ ਕਾਫੀ ਕੰਜ਼ਰਵੇਟਿਵ ਪੇਰੈਂਟਸ ਲੱਗੇ, ਅਤੇ ਇਹਨਾਂ ਦੇ ਘਰ ਦੇ ਵਿੱਚ ਸਿਟੀ ਦਾ ਅਸਰ ਔਰ ਉਂਝ ਯੂ ਨੋ ਬੈਕਗਰਾਊਂਡ ਦਾ ਅਸਰ ਸੀ ਕਿ ਬਹੁਤ ਓਪਨਨੈਸ ਸੀਗੀ, ਕੋਈ ਵਾਈਨ ਹੈਗੀ ਹੈ, ਪੇਰੈਂਟਸ ਨਾਲ ਬੈਠ ਕੇ ਪੀਣਾ, ਜਾਂ ਫਿਰ ਕੱਪੜਿਆਂ ਦੇ ਬਾਰੇ ਕਦੀ ਨਹੀਂ ਸੋਚਿਆ ਕਿ ਹਾਂ ਕੁੜੀਆਂ ਕੀ ਪਾ ਸਕਦੀਆਂ ਕੀ ਨਹੀਂ ਪਾ ਸਕਦੀਆਂ, ਉੱਧਰ ਬਹੁਤ ਕੰਜ਼ਰਵੇਟਿਵ ਸੀ। ਸੋ ਇਹਨਾਂ ਚੀਜ਼ਾਂ ਬਾਰੇ ਕਾਫੀ ਖੁੱਲ੍ਹ ਕੇ ਗੱਲਾਂ ਹੋਈਆਂ। ਐਂਡ ਡਿਊਰਿੰਗ ਦ ਰਿਲੇਸ਼ਨਸ਼ਿਪ, ਕਹਿੰਦੇ ਨੇ ਕਿ ਉਸ ਨਾ 3-4 ਸਾਲਾਂ ਦੇ ਵਿੱਚ, 7 ਸਾਲਾਂ 'ਚ ਤਾਂ ਨਹੀਂ ਕਹਿ ਸਕਦੇ, ਬਿਕੋਜ਼ ਪਹਿਲੇ ਉਹ ਕਹਿੰਦੇ ਨੇ ਕਿ ਕਾਫੀ ਅਸੀਂ ਗੁੱਡ ਫਰੈਂਡਸ ਹੀ ਰਹੇ, ਬਟ ਜਦੋਂ ਰਿਲੇਸ਼ਨਸ਼ਿਪ ਸੀ ਤਾਂ 2-3 ਵਾਰੀ ਐਸੇ ਇੰਸਟੈਂਸਿਸ ਹੋਏ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਨਹੀਂ ਰਹਿਣ ਦਿੰਦੇ ਹਾਂ, ਇਹ ਵਿਆਹ ਤੱਕ ਨਹੀਂ ਪਹੁੰਚ ਸਕਦੀ ਗੱਲ। ਸੋ ਮੈਂ ਆਪਣਾ ਕੋਈ ਕੁੜੀ ਮੇਰੀ ਕਸ਼ਮੀਰ ਹੈਗੀ ਹੈ ਜਿਹੜੀ, ਜਿਹਦੇ ਨਾਲ ਮੈਂ ਵਿਆਹ ਕਰਾ ਲਵਾਂਗਾ, ਪੇਰੈਂਟਸ ਲੱਭ ਦੇਣਗੇ, ਐਂਡ ਇਟ ਸ਼ੁੱਡ ਬੀ ਡਨ, ਕਿਉਂਕਿ ਇਹ ਹੋਣਾ ਨਹੀਂ, ਤੁਹਾਡੇ ਤੋਂ ਨਹੀਂ ਹੋਣਾ ਕਿ ਯੂ ਨੋ ਮੇਰੇ ਪੇਰੈਂਟਸ ਨਾਲ। ਸੋ ਕਈ ਹੋਰ ਇੰਸਟੈਂਸਿਸ ਹੁੰਦੇ ਸੀ ਕਿ ਨਹੀਂ ਉਹ ਤਾਂ ਸਿਰਫ ਥੋੜ੍ਹੀ ਦੇਰ ਹੀ ਸਾਡੇ ਨਾਲ ਹੋਣਗੇ। ਸੋ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਫਾਈਨਲੀ ਇਹਨਾਂ ਨੇ, 4 ਸਾਲ ਹੋ ਗਏ ਇਹਨਾਂ ਦੇ ਵਿਆਹ ਨੂੰ,
ਸੋ ਵਿਆਹ ਹੋ ਗਿਆ, ਕਹਿੰਦੇ ਨੇ ਕਿ ਈਵਨ ਕਨਵਰਸ਼ਨ ਦੀ ਜਿਹੜੀ ਗੱਲ ਹੋਈ, ਮੈਂ ਕਿਹਾ ਉਹ ਨਹੀਂ ਮੈਂ ਕਰ ਸਕਦੀ, ਨਾ ਮੈਂ ਰਿਲੀਜੀਅਸ ਹਾਂ ਨਾ ਮੈਂ ਕਨਵਰਟ ਹੋਣਾ। ਸੋ ਹੀ ਸੈਡ ਕਿ ਕੋਈ ਕਨਵਰਸ਼ਨ ਦੀ ਲੋੜ ਨਹੀਂ ਹੈ, ਬਸ ਪੇਰੈਂਟਸ ਨੂੰ ਇਹ ਜ਼ਰੂਰ ਹੈ ਕਿ ਮੈਂ ਚਾਹੁੰਦਾ ਕਿ ਪੇਰੈਂਟਸ ਸਾਡੇ ਵਿਆਹ ਵਿੱਚ ਸ਼ਾਮਿਲ ਹੋਣ। ਇਸ ਪਿੱਛੇ ਤੁਸੀਂ ਇਹ ਥੋੜ੍ਹੇ ਜਿਹੇ ਰਿਚੁਅਲਸ ਹੈਗੇ ਆ ਜਿਹੜੇ ਤੁਸੀਂ ਕਰਨੇ ਆ, ਉਸ ਤੋਂ ਬਾਅਦ ਤੁਸੀਂ ਫੋਲੋ ਹੂਐਵਰ ਯੂ ਵਾਂਟ ਟੂ, ਫੇਥ ਜਿਹਦੇ 'ਚ ਰੱਖਣਾ ਹੈ ਰੱਖੋ, ਹਿੰਦੂ ਯੂ ਨੋ ਰਿਲੀਜਨ ਵਿੱਚ, ਜੋ ਵੀ ਗਣਪਤੀ ਵਿੱਚ ਜੋ ਤੁਸੀਂ ਕਰਨਾ, ਆਪਣੇ ਘਰ ਵਿੱਚ ਗਣਪਤੀ ਲੈ ਕੇ ਆਉਣੇ ਹੈ, ਵਿਸਰਜਨ ਕਰਨੀ ਹੈ, ਸਭ ਕੁਝ ਤੁਸੀਂ ਕਰ ਸਕਦੇ ਹੋ। ਸੋ ਸ਼ੀ ਸੇਜ਼ ਆਈ ਵਾਜ਼ ਓਕੇ ਕਿ ਠੀਕ ਹੈ ਫਿਰ। ਸੋ 4 ਸਾਲ ਹੋ ਗਏ ਹੈ ਵਿਆਹ ਨੂੰ ਔਰ ਕਹਿੰਦੇ ਠੀਕ ਵੀ ਚੱਲ ਰਿਹਾ, ਕੋਈ ਐਸੀ ਗੱਲ ਨਹੀਂ ਹੈ। ਹੁਣ ਇਹਨਾਂ ਕੋਲ ਇੱਕ ਬੱਚਾ ਪਹਿਲੇ ਹੈ, ਨਾਓ ਅਗੇਨ ਸ਼ੀ ਇਜ਼ ਪ੍ਰੈਗਨੈਂਟ, ਐਟ ਦਿਸ ਕਰੰਟ ਟਾਈਮ ਸ਼ੀ ਇਜ਼ ਪ੍ਰੈਗਨੈਂਟ। ਬਟ ਕਹਿ ਰਹੇ ਹਨ ਕਿ ਹੁਣ ਬੜਾ ਹੀ ਅਜੀਬ ਲੱਗ ਰਿਹਾ ਕਿਉਂਕਿ ਮਦਰ ਆ ਕੇ ਰਹਿ ਕੇ ਗਏ ਹੈ, ਮਦਰ ਫਾਦਰ ਪਹਿਲੇ ਦੋਨੋਂ ਆਏ, ਫਾਦਰ ਉਹਨਾਂ ਦੇ 1.5 ਮਹੀਨੇ ਬਾਅਦ ਚਲੇ ਗਏ ਔਰ ਮਦਰ 5-6 ਮਹੀਨੇ ਰਹਿ ਕੇ ਗਏ ਹੈ। ਐਂਡ ਹੁਣ ਗਏ ਹੋਏ ਹਾਂ ਔਰ ਕਿਉਂਕਿ ਮੈਂ ਪ੍ਰੈਗਨੈਂਟ ਹਾਂ ਤੋ ਸ਼ੀ ਇਜ਼ ਕਮਿੰਗ ਬੈਕ। ਸੋ ਕਹਿ ਰਹੇ ਹਨ ਕਿ ਬੜੀ ਟੈਨਸ਼ਨ ਹੁੰਦੀ ਹੈ ਜਦੋਂ ਉਹ ਇੱਥੇ ਹੁੰਦੇ ਹੈ ਕਿਉਂਕਿ ਬਿਲਕੁਲ ਮਾਹੌਲ ਬਿਲਕੁਲ ਡਿਫਰੈਂਟ ਹੋ ਜਾਂਦਾ। ਇਹ ਨਹੀਂ ਕਿ ਸਿਰਫ ਉਹ ਡਿਫਰੈਂਟ ਕਰਦੇ ਹੈ, ਮੇਰੇ ਹਸਬੈਂਡ ਵੀ ਐਬਸੋਲਿਊਟਲੀ ਡਿਫਰੈਂਟ ਹੋ ਜਾਂਦੇ ਹੈ। ਕੋਈ ਬਾਹਰ ਨਹੀਂ ਜਾਣਾ, ਕੋਈ ਮਤਲਬ ਹਰ ਚੀਜ਼ ਬਦਲ ਜਾਂਦੀ ਹੈ ਕਿ ਪਾਰਟੀ 'ਤੇ ਜਾਣਾ, ਕੁਛ ਹੋ ਕਰਨਾ, ਹਰ ਚੀਜ਼ ਜੋ ਸਾਡੀ ਨੋਰਮਲ ਲਾਈਫ ਹੈਗੀ ਹੈ ਉਹ ਬਿਲਕੁਲ ਬਦਲ ਕੇ ਡਿਫਰੈਂਟ ਹੋ ਜਾਂਦੀ ਹੈ। ਸੋ ਕਹਿੰਦੇ ਇਸ ਚੀਜ਼ ਦਾ ਸਾਰਾ ਦਾ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਕਿ ਕਦ ਤੱਕ ਚਲੇ ਗਏ, ਤਾਂ ਕਦੀ ਵੀ ਹੋ ਸਕਦਾ ਕਿ ਪੇਰੈਂਟਸ ਉਹਦੇ ਆਉਣ, ਐਂਡ ਮੈਂ ਨਹੀਂ ਚਾਹਾਂਗੀ ਕਿ ਮੈਂ ਇਹ ਰੀਜ਼ਨ ਬਣਾ ਕਿ ਹਾਂ ਉਹਨਾਂ ਦੇ ਪੇਰੈਂਟਸ ਆ ਕੇ ਰਹਿ ਨਹੀਂ ਸਕਦੇ ਸਾਡੇ ਨਾਲ। ਸੋ ਜਦੋਂ ਵੀ ਆਉਣਗੇ ਇੱਕ ਡਿਫਰੈਂਟ ਬੰਦਾ ਮਿਲੇਗਾ ਮੈਨੂੰ, ਮਤਲਬ ਹਸਬੈਂਡ ਉਹ ਹੀ ਨਹੀਂ ਆਉਣਗੇ ਜੋ ਹਮੇਸ਼ਾ ਜਿਸ ਤਰ੍ਹਾਂ ਡੀਲ ਕਰਦੇ ਨੇ। ਸੋ ਇਹ ਤਾਂ ਇੱਕ ਸੀਗਾ ਹੀ ਕਿ ਮੇਰਾ ਕਾਫੀ ਇਸ ਚੀਜ਼ ਦੀ ਮੈਨੂੰ ਟੈਨਸ਼ਨ ਚੱਲ ਰਹੀ ਸੀ। ਪਰ ਲੇਟੈਸਟ ਜਿਹੜੇ ਮੇਰਾ ਜਿਹੜਾ ਬੇਟਾ ਹੈਗਾ, ਪਹਿਲੇ ਬੇਬੀ ਹੈਗਾ, ਉਹ ਮਦਰ ਇਨ ਲਾਅ ਆ ਕੇ ਉਹਨੂੰ ਮਸਜਿਦ ਲੈ ਕੇ ਜਾਂਦੇ ਸੀ। ਸੋ ਉਹਦੇ 'ਚ ਵੀ ਮੈਨੂੰ ਬੜੀ ਘਬਰਾਹਟ ਹੁੰਦੀ ਸੀ ਕਿਉਂਕਿ ਅਸੀਂ ਦੋਨਾਂ ਨੇ ਗੱਲ ਕੀਤੀ ਹੋਈ ਹੈ ਕਿ ਫਿਰ ਬੱਚਿਆਂ ਨੂੰ ਦੋਨੋਂ ਇੰਟਰੋਡਿਊਸ ਕਰਾਂਗੇ, ਪਰ ਮੈਂ ਰਿਲੀਜੀਅਸ ਨਹੀਂ ਹਾਂ, ਉਹ ਕਹਿੰਦੇ ਸੀ ਮੈਂ ਵੀ ਰਿਲੀਜੀਅਸ ਨਹੀਂ ਹਾਂ। ਸੋ ਮੈਂ ਉਸ ਪਾਸੇ ਪਾਉਣਾ ਹੀ ਨਹੀਂ ਚਾਹੁੰਦੀ, ਆਪੇ ਜਦੋਂ ਬੱਚੇ ਵੱਡੇ ਹੋਣਗੇ ਅਸੀਂ ਇੱਕ ਹਿਊਮੈਨਿਟੀ, ਇੱਕ ਸਪਿਰਿਚੁਐਲਿਟੀ ਇੰਟਰੋਡਿਊਸ ਕਰਾਂਗੇ ਔਰ ਇੱਕ ਵੱਖਰਾ ਮੁਸਲਿਮ ਹਿੰਦੂ ਵਾਲਾ ਨਹੀਂ ਕਰਾਂਗੇ। ਸੋ ਹੁਣ ਜਦੋਂ ਮਦਰ ਇਨ ਲਾਅ ਲੈ ਕੇ ਜਾਂਦੇ ਸੀ ਤਾਂ ਕਹਿੰਦੇ ਨੇ ਕਿ ਮੈਂ ਖੁਦ ਫਾਈਂਡ ਕੀਤਾ, ਮੈਨੂੰ ਵੀ ਨਹੀਂ ਇੰਨਾ ਪਤਾ ਸੀ ਕਿ ਮੈਨੂੰ ਬਹੁਤ ਅਪਸੈਟ ਲੱਗਦਾ ਸੀ, ਮੈਂ ਬਹੁਤ ਅਪਸੈਟ ਹੋ ਜਾਂਦੀ ਸੀ ਇਸ ਚੀਜ਼ ਬਾਰੇ। ਸੋ ਅਜੀਬ ਜੀ ਸਿਚੁਏਸ਼ਨ 'ਚੋਂ ਨਿਕਲ ਰਹੀ ਹਾਂ, ਇੱਥੇ ਤੱਕ ਧਿਆਨ ਆਉਂਦਾ ਕਿਸੇ ਵੇਲੇ ਕਿ ਮੈਂ ਬੜੀ ਵੱਡੀ ਗਲਤੀ ਕਰ ਲਈ, ਜਦਕਿ ਬੜਾ ਅੱਛਾ ਟਾਈਮ ਵੀ ਦੇਖਿਆ ਉਸੀ ਬੰਦੇ ਨਾਲ। ਬਟ ਰਾਈਟ ਨਾਓ ਕਿਸੇ ਵੇਲੇ ਇਹ ਵੀ ਲੱਗਦਾ, ਆਈ ਸਟਾਰਟ ਰਿਗਰੈਟਿੰਗ ਕਿ ਮੈਂ ਕੀ ਕਰ ਲਿਆ, ਐਂਡ ਨਾਓ ਆਈ ਐਮ ਯੂ ਨੋ ਗੋਇੰਗ ਟੂ ਹੈਵ ਅ ਸੈਕਿੰਡ ਬੇਬੀ। ਸੋ ਸਾਰਿਆਂ ਨੂੰ ਪੁੱਛ ਰਹੇ ਨੇ ਕਿ ਕੀ ਕਰਾਂ ਇਸ ਵੇਲੇ, ਮੈਂ ਕੀ ਕਰਾਂ, ਮੈਂ ਪਰੇਸ਼ਾਨ ਹਾਂ, ਅਪਸੈਟ ਹਾਂ, ਕਈ ਵਾਰੀ ਇੰਝ ਲੱਗਦਾ ਕਿ ਡਿਪਰੈਸਡ ਵੀ ਹਾਂ ਕਿਉਂਕਿ ਲਵ ਮੈਰਿਜ ਹੈ, ਪੇਰੈਂਟਸ ਨਾਲ ਮੇਰੇ ਗੱਲ ਹੁੰਦੀ ਹੈ, ਕੋਈ ਇਸ ਤਰ੍ਹਾਂ ਨਹੀਂ ਹੈ ਕਿ ਮੇਰੀ ਆਪਣੀ ਚੋਇਸ ਹੈ ਅਤੇ ਮੇਰੇ ਪੇਰੈਂਟਸ ਮੇਰੇ ਸੁਣਦੇ ਨਹੀਂ। ਬਟ ਡੈਫੀਨੇਟਲੀ ਹਾਲੇ ਉਹ ਇਹੀ ਕਹਿ ਰਹੇ ਨੇ ਕਿ ਜੋ ਤੈਨੂੰ ਠੀਕ ਲੱਗਦਾ ਤੂੰ, ਅਸੀਂ ਤੇਰੇ ਨਾਲ ਹਾਂ, ਵੀ ਸਪੋਰਟ ਯੂ ਫੁੱਲੀ। ਸੋ ਕੀ ਕਹਿੰਦੇ ਹੋ, ਮੈਂ ਇੰਝ ਕਰਦੀ ਹਾਂ, ਸੋਰੀ, ਤੁਸੀਂ ਸੋਚ ਕੇ ਦੇਖ ਲਓ, ਬੜਾ ਸੈਂਸਿਟਿਵ ਜਿਹਾ ਯੂ ਨੋ ਲੱਗ ਰਿਹਾ ਮੁੱਦਾ, ਤੁਸੀਂ ਸੋਚ ਕੇ ਰੱਖੋ, ਦੱਸੋ ਕੀ ਕਹਿੰਦੇ ਹੋ। ਮੈਂ ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ ਇਹਨਾਂ ਦਾ ਕੀ ਕਹਿਣਾ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਪਲੀਜ਼ ਫੋਨ ਵੱਲ ਧਿਆਨ ਦਿਆ ਕਰੋ ਅਤੇ ਨੈਕਸਟ ਕਾਲ ਲੈ ਲੈਂਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ ਸੁਰਿੰਦਰ ਜੀ, ਦੱਸੋ। ਹਾਂਜੀ, ਮੈਂ ਇਹ ਕਹਿਣੀ ਆ ਕਿ ਪਰਮਾਤਮਾ ਨੇ ਨਾ, ਜੇ ਭੈਣ ਭਰਾ ਵੀ ਅਸੀਂ ਬਣਾਏ ਹੁੰਦੇ ਆ ਅਲੱਗ ਅਲੱਗ, ਉਹਨਾਂ ਦੀ ਵਿਚਾਰ ਸੋਚ ਅਲੱਗ ਅਲੱਗ ਹੁੰਦੀ ਆ ਜੀ, ਬਿਲਕੁਲ। ਤੇ ਅਸੀਂ 4 ਸਹੁਰਿਆਂ ਮੰਨੀ ਹੈਗੇ ਆ, ਮੇਰੇ ਦੇਵਰ ਜਿਹੜੇ ਆ ਅਮੈਰੀਕਨ ਨਾਲ ਵਿਆਹੇ ਹੋਏ ਆ, ਮੇਰੀ ਜਠਾਣੀ ਇੱਕ ਹੈ ਉਹ ਰਾਧਾ ਸਵਾਮੀ ਹੈ, ਰਾਧਾ ਸਵਾਮੀ ਵੀ ਬਿਲਕੁਲ ਸਿੱਖਾਂ ਤੋਂ ਮਤਲਬ ਆਪਸ ਵਿੱਚ ਕੋਈ ਮੈਚਿੰਗ ਨਹੀਂ ਹੁੰਦੀ ਗੀ, ਠੀਕ ਹੈ। ਪਰ ਜੇ ਹੁਣ ਲੜਕੀ ਨੇ ਵਿਆਹ ਕਰਾਇਆ ਏ ਤੇ ਮਤਲਬ ਉਹਨੂੰ ਆਪਣਾ ਮਤਲਬ ਥੋੜੀ ਖੁੱਲ ਤੇ ਦੇਣੀ ਚਾਹੀਦੀ ਆ ਨਾ, ਸੱਸ ਸਹੁਰੇ ਨੂੰ ਵੀ ਤੇ ਘਰ ਵਾਲੇ ਨੂੰ ਵੀ, ਵੀ ਉਹਦੇ ਮਾਂ ਪਿਓ ਜਦੋਂ ਆਉਂਦੇ ਆ, ਬੱਚਾ ਉਹਨਾਂ ਦਾ ਬੱਚਾ ਏ ਹਨਾ, ਤੇ ਉਹਦੇ ਨਾਲ ਹੁਣ ਮਾਂ ਪਿਓ ਨੂੰ ਵੀ ਆਪਣੇ ਬੱਚੇ ਦੇ ਨਾਲ ਹੁੰਦਾ ਏ ਤੇ ਬੱਚੇ ਨੂੰ ਵੀ ਮਾਂ ਪਿਓ ਦੇ ਨਾਲ ਹੁੰਦਾ ਏ। ਜੇ ਤੁਸੀਂ ਉਹਨਾਂ ਨੂੰ ਰੋਕਦੇ ਆ ਨਾ ਤੇ ਮਤਲਬ ਤੁਸੀਂ ਅਪਸੈਟ ਹੋ
ਹੋਵੋਗੇ ਕਿਉਂਕਿ ਤੁਸੀਂ ਠੀਕ ਨਹੀਂ ਕਰ ਰਹੇ, ਇਸ ਕਰਕੇ ਤੁਸੀਂ ਅਪਸੈਟ ਹੁੰਦੇ ਆ। ਜੀ ਜੀ ਓਕੇ। ਜੇ ਤੁਸੀਂ ਦਿਲੋਂ ਪਿਆਰ ਕਰਦੇ ਆ ਤੇ ਕੋਈ ਵੀ ਚੀਜ਼ ਆ, ਜੇ ਪਤਾ ਹੈ ਸਾਨੂੰ ਕਿ ਅਸੀਂ ਇਹ ਚੀਜ਼ ਕੀਤੀ ਆ ਤੇ ਇਹਦੇ ਵਿੱਚੋਂ ਸਾਨੂੰ ਲੰਘਣਾ ਪਊਗਾ, ਸਾਨੂੰ ਇੱਕ ਦੂਜੇ ਦੇ ਨਾਲ ਮੇਲ ਮਿਲਾਪ ਰੱਖਣਾ ਪਊਗਾ, ਜੇ ਇਹ ਉਧਰ ਜਾਣਗੇ ਤੇ ਉਹਨਾਂ ਦੇ ਹਸਬੈਂਡ ਵੀ ਇਹਨਾਂ ਵੰਨੀ ਓਨਾ ਹੀ ਧਿਆਨ ਦੇਣਗੇ। ਠੀਕ ਹੈ। ਤੇ ਜੇ ਇਹ ਨਹੀਂ ਕਰਨਗੇ ਤੇ ਆਟੋਮੈਟਿਕਲੀ ਹੋ ਜਾਂਦਾ, ਕਿਸੇ ਦੇ ਕੀਤੇ ਤੋਂ ਨਹੀਂ ਹੁੰਦਾ ਹੈਗਾ ਇਹ। ਹੈ ਜੀ। ਤੇ ਹੁਣ ਮੇਰੀ ਦਰਾਣੀ ਜਠਾਣੀ ਦੀ ਕੁੜੀ ਆ, ਮੁਸਲਮਾਨ ਹੈ, ਕਸ਼ਮੀਰ ਦੇ ਆ ਉਹ ਵੀ, ਤੇ ਉਹਨਾਂ ਨਾਲ ਵਿਆਹੀ ਆ। ਉਹ ਕੁੜੀ ਨੇ ਆਪਣਾ ਕਰ ਲਿਆ ਹੈ, ਚੇਂਜ ਕਰ ਲਿਆ ਹੈ, ਉਸੇ ਤਰ੍ਹਾਂ ਹੀ ਉਹਨਾਂ ਦੇ ਤੌਰ ਤਰੀਕਿਆਂ ਨਾਲ ਹੀ ਵਿਆਹ ਹੋਇਆ। ਜਦੋਂ ਬੱਚੇ ਕਰਦੇ ਆ ਨਾ, ਉਹਨਾਂ ਨੇ ਅਸੈਪਟ ਤੇ ਕਰਨਾ ਹੀ ਆ, ਇਹ ਤੇ ਪਹਿਲਾ ਹੀ ਕੰਮ ਹੈ। ਠੀਕ ਹੈ। ਬੱਚਿਆਂ ਨੂੰ ਵੀ ਉਧਰ ਵੀ ਜਾਣ ਦਿਓ, ਤੁਸੀਂ ਵੀ ਲੈ ਕੇ ਜਾਓ, ਜਦੋਂ ਬੱਚੇ ਵੱਡੇ ਹੋਣਗੇ ਆਪੇ ਡਿਫਰੈਂਟ ਕਰ ਲੈਣਗੇ, ਪਰ ਰੋਕਣਾ ਕੰਮ ਨਹੀਂ ਹੁੰਦਾ ਹੈਗਾ। ਉਹ ਦਾਦੀ ਹੈ, ਪਤਾ ਕੀ ਹੈ, ਦਾਦੀਆਂ ਨੂੰ ਕਿੰਨਾ ਬੱਚਿਆਂ ਤੇ ਹੁੰਦਾ ਹੈ ਮਾਣ। ਠੀਕ ਹੈ ਸੁਰਿੰਦਰ ਜੀ, ਵਧੀਆ। ਨਾਨਕੇ ਸਮਾਂ ਘੱਟ ਕਰਦੇ ਹੁੰਦੇ ਆ ਕੁੜੀ ਵੰਨੀ, ਦਾਦਕਿਆਂ ਦਾ ਤਾਂ ਮੇਨ ਆਪਣੀ ਸਭਤਾ ਦੇ ਵਿੱਚ ਹੈਗਾ ਹੀ ਆ, ਸੰਸਕ੍ਰਿਤੀ ਦੇ ਵਿੱਚ। ਠੀਕ ਹੈ। ਹਾਂਜੀ ਠੀਕ ਹੈ ਜੀ। ਤੇ ਉਹਨੂੰ ਅਸੈਪਟ ਕਰਨ, ਉਹਨਾਂ ਦੇ ਵਿੱਚ ਨਾ ਬਣਨ, ਤੇ ਫਿਰ ਇਸੇ ਕਰਕੇ ਉਹ ਆਪਣਾ ਜਿਹੜਾ ਹੈਗਾ ਇਹ, ਮਤਲਬ ਇਹਨਾਂ ਦੀ ਮਾਨ ਖਰਾਬ ਹੁੰਦਾ, ਕਿਉਂਕਿ ਇਹ ਜਦੋਂ ਕੋਈ ਬੰਦਾ ਗਲਤ ਕਰਦਾ ਨਾ, ਉਦੋਂ ਉਹਦੇ ਅੰਦਰੋਂ ਹੀ ਜਿਹੜੀ ਹੈਗੀ ਆ ਪਰਮਾਤਮਾ ਵੱਲੋਂ ਹੀ ਇਹ ਚੀਜ਼ ਹੋ ਜਾਂਦੀ ਆ। ਜੀ ਬਹੁਤ ਵਧੀਆ, ਥੈਂਕ ਯੂ ਸੋ ਮਚ ਸੁਰਿੰਦਰ ਜੀ। ਸਹੀ ਕਹਿੰਦੇ ਹੋ ਕਿ ਜਦੋਂ ਵੀ ਅੰਦਰ ਕੌਨਫਲਿਕਟ ਹੋਏ ਕਿ ਤੁਸੀਂ ਕੁਛ ਕਰਨਾ ਚਾਹ ਰਹੇ ਹੋ ਔਰ ਤੁਹਾਨੂੰ ਲੱਗੇ ਕਿ ਪਤਾ ਨਹੀਂ ਮੈਂ ਕਵਾਂ ਨਾ ਕਵਾਂ, ਇਹ ਠੀਕ ਹੈ ਨਹੀਂ ਠੀਕ, ਦੈਟ ਕੌਜ਼ਸ ਜਿਹੜਾ ਬੈਲੈਂਸ ਸਾਡਾ ਖਰਾਬ ਹੁੰਦਾ ਹੈ। ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ ਸਤਿ ਸ਼੍ਰੀ ਅਕਾਲ। ਹਾਂਜੀ ਜਸਪ੍ਰੀਤ ਦੱਸੋ ਕੀ ਕਹਿੰਦੇ ਹੋ। ਪਹਿਲੀ ਤਾਂ ਜਿੱਦਾਂ ਸੁਰਿੰਦਰ ਨੇ ਆਂਟੀ ਨੇ ਕਿਹਾ ਬਈ ਐਕਸੈਪਟੈਂਸ ਕਰਨੀ ਪਏਗੀ ਜਦੋਂ ਮਦਰ ਇਨ ਲਾ ਆਉਂਦੇ ਆ, ਸੱਸ ਆਉਂਦੀ ਆ, ਓਕੇ, ਤੇ ਉਹ ਲੈ ਕੇ ਜਾਏ ਦਾਦੀ ਜੀ ਦਾ ਹੈਗਾ ਹਸੀਨ, ਉਹ ਤੇ ਲੈ ਕੇ ਜਾਂਦੇ ਆ ਮਸਜਿਦ, ਦੇ ਆਰ ਮੋਰ ਰਿਲੀਜੀਅਸ, ਠੀਕ ਆ, ਇਹ ਨਹੀਂ ਇੰਨੇ ਹੈਗੇ। ਸੋ ਉੱਥੇ ਉਹਨਾਂ ਦਾ ਪੁਆਇੰਟ ਹੈ ਕਿ ਅਸੀਂ ਦੋਨਾਂ ਨੇ ਕਿਹਾ, ਇਹ ਡਿਸਾਈਡ ਕੀਤਾ ਸੀ ਕਿ ਅਸੀਂ ਨਹੀਂ ਜਾਵਾਂਗੇ ਕਿਸੇ ਪਾਸੇ, ਬਿਕੋਜ਼ ਹੀ ਆਲਵੇਸ ਕਲੇਮਡ ਕਿ ਉਹ ਕੋਈ ਰਿਲੀਜੀਅਸ ਨਹੀਂ ਹੈ, ਉਹ ਆਪ ਮਸਜਿਦ ਨਹੀਂ ਜਾਂਦਾ, ਕੁਛ ਨਹੀਂ ਹੈ। ਰਾਈਟ। ਸੋ ਯੂ نو ਉਹਨਾਂ ਨੂੰ ਲੱਗਦਾ ਕਿ ਉਹ ਸਾਡੀ, ਅਸੀਂ ਜੋ ਆਪਸ ਡਿਸਾਈਡ ਕੀਤਾ ਉਹਦੇ ਤੋਂ ਅਲੱਗ ਹੋ ਰਿਹਾ ਹੈ। ਰਾਈਟ। ਇਹ ਨੰਬਰ 2 ਚੋਇਸ ਜੇ ਇੰਨਾ ਜ਼ਿਆਦਾ ਉਹ ਫੈਕਟਡ ਹੈਗੇ ਆ ਜਾਂ ਟੈਂਸ਼ਨ ਹੈਗੀ ਆ, ਯੂ نو ਇਹ ਦੋਨੋਂ ਨਹੀਂ ਹੈਗੇ, ਠੀਕ ਆ, ਬੱਚਿਆਂ ਨੂੰ ਸਪਿਰਚੁਅਲ ਬਣਾਉਣਾ ਲੇਟਰ, ਇੱਕ ਪਾਸੇ ਨਹੀਂ ਲੈ ਕੇ ਜਾਣਾ, ਇਹ ਨਹੀਂ ਹੈਗੇ ਰਿਲੀਜੀਅਸ, ਉਹ ਸੱਸ ਸਹੁਰੇ ਹੈਗੇ ਆ, ਇਹ ਆਪਣੇ ਹਸਬੈਂਡ ਨਾਲ ਜੋ ਇਹ ਫੀਲ ਕਰਦੇ ਆ ਕਹਿ ਸਕਦੇ ਆ ਬਈ ਇਸ ਤਰ੍ਹਾਂ ਹੋ ਰਿਹਾ ਜਾਂ, ਪਰ ਉਹ ਵੀ ਆਪ ਬਦਲ ਜਾਂਦਾ ਕਿਉਂਕਿ ਉਹ ਆਪਣੀ ਮੰਮੀ ਨੂੰ ਖੁਸ਼ ਕਰਨਾ ਚਾਹੁੰਦਾ ਜਦੋਂ when she say ho bilkul ode vakan ho janda hai, yeah, more tension create hoegi eda te theek hai hun le jande ha masjid jidda ਤੇ ਵੀ ਬੱਚੇ ਵੱਡੇ ਹੋਣਗੇ ਜਿੱਦਾਂ ਆਪੇ ਹੀ ਹੁਣ ਕੀ ਕਰਨ ਉਹ ਹੁਣ ਤੁਸੀਂ ਕੀ ਸੁਜੈਸਟ ਕਰਦੇ ਹੋ ਹੁਣ ਮੈਂ ਕਵਾਂਗੀ ਜੇ ਨਾ ਬਾਦਰ ਕਰਿਆ ਨਾ ਹਸਬੈਂਡ ਨਾਲ ਗੱਲ ਕਰਨਾ ਵੀ ਇਤਾਂ ਇਹਨੋ ਅਸੀਂ ਡਿਸਾਈਡ ਕੀਤਾ ਸੀਗਾ ਵੀ ਜਿਹੜੀ ਚੀਜ਼ ਇਹਨਾਂ ਨੂੰ ਬਾਦਰ ਕਰਦੀ ਆ ਤੇ ਬਈ ਉਹ ਫਿਰ ਆਪਣੀ ਮਦਰ ਨਾਲ ਗੱਲ ਕਰ ਸਕਦਾ ਜੇ ਕੋਈ ਚਾਂਸ ਹੈਗਾ ਇਦਾਂ ਠੀਕ ਹੈ ਬੱਚੋਂ ਦਾ ਜਾਂ ਰੋਕਣ ਦਾ ਬੱਚੇ ਨੂੰ ਨਹੀਂ ਲੈ ਕੇ ਜਾਣਾ ਠੀਕ ਹੈ ਜਸਪ੍ਰੀਤ ਲੈਟਸ ਸੀ ਹੋਰ ਕੀ ਕਹਿੰਦੇ ਨੇ ਇਹਨਾਂ ਨੂੰ ਪੁੱਛਦੇ ਆ ਯੂ نو ਇਹ ਕੀ ਕਹਿਣਾ ਚਾਹ ਰਹੇ ਨੇ ਹੈਲੋ ਹੈਲੋ ਹਾਂਜੀ ਸੁਜੀਤ ਜੀ ਆਪਾਂ ਕਰਵਾ ਪਿਆਰ ਅਰਵਿੰਦ ਜੀ ਜਦੋਂ ਹੁਣ ਕੁੜੀ ਨੇ ਆਸਵੇਂ ਇਹਨਾਂ ਨੇ ਮੁਸਲਮਾਨ ਨਾਲ ਵਿਆਹ ਕਰਾਇਆ ਜੀ ਇਹਨਾਂ ਨੂੰ ਹਿੰਦੂਆਂ ਨਾਲ ਵੀ ਵਰਤਣਾ ਚਾਹੀਦਾ ਬੱਚਿਆਂ ਨੂੰ ਤੇ ਆਪਦਾ ਉਹਨਾਂ ਨਾਲ ਵੀ ਚਾਹੀਦਾ ਇਹ ਹਿੰਦੂ ਨੀ ਮਾੜੇ ਹੁੰਦੇ ਮੁਸਲਮਾਨ ਨੀ ਮਾੜੇ ਹੁੰਦੇ ਸਾਡੇ ਭੈਣ ਭਾਈ ਆ ਸਾਰੇ ਸਾਰੇ ਵਧੀਆ ਹੀ ਨੇ ਜੀ ਬਿਲਕੁਲ ਦੇਖੋ ਜਿਹੜਾ ਮੁੰਡੇ ਦੇ ਮਾਂ ਪਿਓ ਆ ਉਹ ਮੁਸਲਮਾਨ ਆ ਮੁੰਡਾ ਮੁਸਲਮਾਨ ਆ ਤੇ ਕੁੜੀ ਦੇ ਮਾਂ ਪਿਓ ਹਿੰਦੂ ਇਹ ਸਾਰੇ ਧਰਮੀ ਬਹੁਤ ਵਧੀਆ ਮੈਨੂੰ ਤਾਂ ਬਹੁਤ ਵਧੀਆ ਲੱਗਦੇ ਆ ਤੇ ਉਹਨਾਂ ਨੂੰ ਸਾਰੇ ਪਾਸੇ ਹਿੰਦੂ ਧਰਮ ਵੀ ਵਰਤਣਾ ਚਾਹੀਦਾ ਤੇ ਇਹ ਮੁਸਲਮਾਨ ਮੁਸਲਮਾਨ ਮਾਂ ਬਹੁਤ ਵਧੀਆ ਚੰਗਾ ਬਹੁਤ ਵਧੀਆ ਸੁਰਜੀਤ ਜੀ ਸੋ ਤੁਹਾਡੇ ਸਾਹਿਬ ਨਾਲ ਇਹ ਹਿੰਦੂ ਧਰਮ ਵੀ ਦੋ ਸਿੱਖ ਵੀ
ਤੇ ਜਿਹੜੇ ਇਹ ਗੋਰੇ ਆਪਣੇ ਚਾਚਾ ਉਹ ਵੀ ਇਹ ਚਾਰੇ ਭਾਈ ਵੇਖੋ ਤਾਂ ਇੱਕੋ ਜਿਹੀ ਕਰਵੰਦ ਜੀ ਬਹੁਤ ਵਧੀਆ ਪਿਆਰ ਹੋ ਕੇ ਬਾਏ ਥੈਂਕ ਯੂ ਥੈਂਕ ਯੂ ਸੋ ਮਚ ਸੁਰਜੀਤ ਜੀ ਸੋ ਇਹਨਾਂ ਦੇ ਹਿਸਾਬ ਨਾਲ ਦੋਨਾਂ ਨਾਲ ਵਰਤਣ ਕੋਈ ਵੀ ਮਾੜਾ ਨਹੀਂ ਹੈਗਾ ਸਹੀ ਕਹਿ ਰਹੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਮੈਂ ਸੁਰਿੰਦਰ ਬੋਲਦੀ ਹਾਂਜੀ ਸਵਾਗਤ ਹੈ ਦੱਸੋ ਕੀ ਕਹਿੰਦੇ ਹੋ ਅੱਜ ਮੈਂ ਤੇ ਇਹ ਕਹਾਂਗੀ ਕਿ ਉਦੋਂ ਬੱਚੇ ਬੜੀ ਜਲਦੀ ਪਿਆਰ ਕਰ ਲੈਂਦੇ ਆ ਬੱਚਿਆਂ ਸਮਝਣ ਤੋਂ ਬਗੈਰ ਮਾਂ ਪਿਓ ਜਿੰਨਾ ਮਰਜ਼ੀ ਕਹੇ ਪਰ ਫਿਰ ਵੀ ਸਾਡਾ ਜਿਸ ਤਰ੍ਹਾਂ ਮਰਜ਼ੀ ਹੋਏ ਇਹਨਾਂ ਲੋਕਾਂ ਨਾਲ ਨਹੀਂ ਵਾਰਾ ਖਾਂਦਾ ਹੁਣ ਕਹਿਣ ਨੂੰ ਬੜੀ ਛੇਤੀ ਲੋਕੀ ਈਜ਼ੀ ਕਹਿ ਦਿੰਦੇ ਸਾਰੇ ਭੈਣ ਭਰਾ ਹੀ ਆ ਹਿੰਦੂ ਵੀ ਪਾਕਿਸਤਾਨੀ ਵੀ ਤੇ ਜਦੋਂ ਹੁਣ ਆਪਾਂ ਗੁਰਦੁਆਰੇ ਨੂੰ ਜਾਣਾ ਉਹਨਾਂ ਨੇ ਜਾਣਾ ਆਪਣੇ ਚਰਚ ਫਿਰ ਇਹਨਾਂ ਨੂੰ ਗੁੱਸਾ ਲੱਗਦਾ ਐਂਡ ਵਿੱਚ ਤੇ ਮੁੰਡੇ ਦੇ ਜਿੱਥੇ ਜਾਂਦਾ ਉੱਥੇ ਜਾਣਾ ਪੈਣਾ ਇਹ ਕੁੜੀ ਨੂੰ ਪਹਿਲੇ ਸੋਚਣਾ ਚਾਹੀਦਾ ਜਿੱਦਣ ਵੀ ਕਵੇਗੀ ਉਸੇ ਦਿਨ ਇਹਨਾਂ ਦੀ ਲੜਾਈ ਪੈਣੀ ਜ਼ਰੂਰ ਓਕੇ ਸੋ ਰਾਈਟ ਨਾਓ ਤੁਸੀਂ ਕਹਿੰਦੇ ਹੋ ਕਿ ਸ਼ਾਂਤ ਰਵੇ ਔਰ ਤੁਮ ਮੁੰਡੇ ਦੀ ਵੈਸੇ ਤਾਂ ਸੋਚਿਆ ਜਾ ਰਿਹਾ ਮੁੰਡੇ ਦੀ ਹੁਣ ਦਾਦੀ ਦਾਦਾ ਆਣਗੇ ਤੇ ਉਹਨਾਂ ਨੇ ਤਾਂ ਉੱਥੇ ਵੀ ਜਾਣਾ ਜਿੱਥੇ ਆਪ ਜਾਣਾ ਠੀਕ ਹੈ ਬਹੁਤ ਵਧੀਆ ਜੀ ਬਿਲਕੁਲ ਹੋਰ ਪੁੱਛਦੇ ਆ ਕੀ ਕਹਿ ਰਹੇ ਔਰ ਮਿਸ ਨਾ ਕਰੋ ਸਾਰੇ ਕਿ ਸੈਕਿੰਡ ਟਾਈਮ ਇਸ ਵੇਲੇ ਇਹ ਪ੍ਰੈਗਨੈਂਟ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਥੈਂਕ ਯੂ ਸੋ ਮਚ ਇਸ ਤਰ੍ਹਾਂ ਭੈਣ ਜੀ ਪਹਿਲਾਂ ਤਾਂ ਬੱਚੇ ਕੰਮ ਕਰ ਲੈਂਦੇ ਨੇ ਹਾਂਜੀ ਇੰਟਰ ਕਲਾਸ ਜਿਹੜੀ ਮੈਰਿਜ ਜੀ ਜੀ ਹੁਣੇ ਹੁਣੇ ਜਿਹੜੇ ਭੈਣ ਜੀ ਉਹ ਬੋਲ ਕੇ ਗਏ ਨੇ 100% ਉਹ ਠੀਕ ਹੋ ਗਏ ਸਾਡਾ ਧਰਮ ਨਹੀਂ ਮਿਲਦਾ ਵਿਚਾਰ ਨਹੀਂ ਮਿਲਦੇ ਕਿਸੇ ਨਾ ਕਿਸੇ ਮੋੜ ਤੇ ਆ ਕੇ ਨਾ ਪ੍ਰੋਬਲਮ ਆਉਂਦੀ ਹੈ ਤੇ ਇਹ ਤਾਂ ਹੁਣ ਤਾਂ ਇਹੀ ਹੋ ਸਕਦਾ ਇਹਨੂੰ ਇਹੀ ਸਲਾਹ ਵੀ ਠੰਡੀ ਰਹੇ ਜਿਸ ਟਾਈਮ ਸਾਸਾਂ ਦੀ ਉਹ ਚੁੱਪ ਕਰੇ ਬਾਕੀ ਜਿਹੜੀ ਪ੍ਰੋਬਲਮ ਆ ਉਹ ਤਾਂ ਆਉਂਦੀਆਂ ਨੇ ਤਾਂ ਪਹਿਲਾਂ ਸੋਚਣਾ ਚਾਹੀਦਾ ਪਹਿਲਾਂ ਬੱਚੇ ਸੋਚਦੇ ਨੇ ਫਿਰ ਇੰਟੈਂਗਲ ਹੋ ਜਾਂਦੇ ਨੇ ਫਿਰ ਪ੍ਰੋਬਲਮ ਆਉਂਦੀਆਂ ਸਾਡੇ ਧਰਮ ਚ ਹੁੰਦੇ ਨੀ ਹੈਗੇ ਹਿੰਦੂ ਧਰਮ ਚ ਬੜੇ ਸੋਹਣੇ ਸੋਹਣੇ ਲਾਇਕ ਉਹ ਬੱਚੇ ਨੇ ਬਾਕੀ ਇਹ ਗੱਲ ਹੋਰ ਆ ਵੀ ਅਸੀਂ ਬਾਰ ਬਾਰ ਕਹਿੰਦੇ ਆ ਹਿੰਦੂ ਨੀ ਮਾੜੇ ਮੁਸਲਮਾਨ ਨੀ ਮਾੜੇ ਈਸਾਈ ਇਹ ਤਾਂ ਗੱਲ ਹੈ ਹੀ ਹੈ ਥਰੂ ਆਊਟ ਵਰਲਡ ਸਾਰੀਆਂ ਕੌਮਾਂ ਚੰਗੀਆਂ ਨੇ ਕੋਈ ਮਾੜੀ ਨੀ ਹੁੰਦੀ ਮਾੜਾ ਆਪਣਾ ਆਪਣਾ ਹੁੰਦਾ ਸਵਾਲ ਇਹ ਹੈਗਾ ਵੀ ਵਿਚਾਰ ਨਾ ਮਿਲਦੇ ਸੋ ਉਹ ਤਾਂ ਹੋਇਆ ਜੋਗਿੰਦਰ ਜੀ ਉਹ ਤਾਂ ਹੋਇਆ ਮੈਸੇਜ ਸਾਰਿਆਂ ਵਾਸਤੇ ਤੁਹਾਡਾ ਪਰ ਅਦਰਵਾਈਜ਼ ਹੁਣ ਇਹ ਕਰ ਚੁੱਕੇ ਆ ਹੁਣ ਇਸ ਘੜੀ ਕੀ ਕਰਨ ਹੁਣ ਤਾਂ ਮੈਂ ਤਾਂ ਇਹ ਕਹਿੰਦਾ ਵੀ ਸ਼ਾਂਤ ਹੋ ਰਹੇ ਜਿਸ ਤਰ੍ਹਾਂ ਦੇ ਹਾਲਾਤ ਨੇ ਆਪਣੇ ਆਪ ਨੂੰ ਹੌਸਲਾ ਦੇ ਤੇ ਪਿਆਰ ਨਾਲ ਆਪਣਾ ਟਾਈਮ ਆਪਣਾ ਕੱਟੇ ਹੋਰ ਕੋਈ ਤਰੀਕਾ ਨਹੀਂ ਹੈਗਾ ਕਿਉਂਕਿ ਹੁਣ ਨੂੰ ਨਾ ਛੱਡ ਸਕਦੀ ਹੈ ਹੁਣ ਬੱਚੇ ਹੋ ਗਏ ਨੇ ਹਲੇ ਦਾ ਬੱਚਾ ਹੋਣਾ ਵਾ ਹੁਣ ਤਾਂ ਇੱਥੇ ਰਹਿਣਾ ਪੈਣਾ ਹੌਸਲੇ ਨਾਲ ਪਿਆਰ ਨਾਲ ਉਹ ਬਰਦਾਸ਼ਤ ਉਹ ਕਰੇ ਜ਼ਿਆਦਾ ਇਹ ਜੇ ਗੱਲ ਹੈ ਤਾਂ ਫਿਰ ਮਸਜਿਦ ਚ ਜਾਣ ਲੱਗਦੇ ਹੋਰ ਕੀ ਹੋ ਸਕਦਾ ਤਾਂ ਪਹਿਲਾਂ ਸੋਚਣਾ ਸੀ ਹੁਣ ਨਹੀਂ ਹੋ ਸਕਦਾ ਵਿੱਚ ਹੁਣ ਤਾਂ ਇਹ ਹੈ ਵੀ ਹੌਸਲਾ ਕਰੇ ਆਪਣੀ ਸੱਸ ਦੀ ਇੱਜ਼ਤ ਕਰੇ ਜਿਵੇਂ ਸੱਸ ਦਾ ਪੈਰ ਭੁਰ ਦਬਾਏਗੀ ਆਪੇ ਠੰਡੀ ਹੋ ਜਾਏਗੀ ਐਸੀ ਕੋਈ ਗੱਲ ਨਹੀਂ ਬਾਕੀ ਤਾਂ ਬੰਦੇ ਤਾਂ ਸਾਰੇ ਬੰਦੇ ਹੀ ਨੇ ਇਹ ਧਰਮ ਤੱਕ ਅੱਗੇ ਬਣੇ ਨੇ ਇਹ ਹੈਗਾ ਵੀ ਵਿਚਾਰ ਨਾ ਮਿਲਣ ਉਹ ਕਰਕੇ ਧਾਰਮਿਕ ਵਿਚਾਰ ਨੀ ਮਿਲਦੇ ਰੋਟੀ ਖਾਣ ਦਾ ਸਟਾਈਲ ਨੀ ਮਿਲਦਾ ਕੋਈ ਚੀਜ਼ ਨੀ ਮਿਲਦੀ ਇਹ ਪ੍ਰੋਬਲਮਾਂ ਤਾਂ ਆਉਂਦੀਆਂ ਹੀ ਨੇ ਸਾਰਿਆਂ ਨੂੰ ਜਿਹੜੇ ਵੀ ਬੰਦੇ ਜਿਹੜੇ ਬੱਚੇ ਉਹ ਸੁਣਦੇ ਨੇ ਸਾਰਿਆਂ ਨੂੰ ਇਹੀ ਸਲਾਹ ਸਮਝਾਓ ਆਪਣੀ ਆਪਣੀ ਜਿਹੜੀ ਬਰਾਦਰੀ ਹੈ ਇੱਕ ਤੋਂ ਇੱਕ ਉਹ ਮੁੰਡਾ ਹੈਗਾ ਜਾਂ ਫਿਰ ਆਪਣਾ ਮਨ ਮਾਰੋ ਵੀ ਆਪਣਾ ਧਰਮ ਛੱਡ ਕੇ ਜਦੋਂ ਤੁਸੀਂ ਵਿਆਹ ਹੋ ਗਿਆ ਹੋਰ ਥਾਂ ਫਿਰ ਉਹੀ ਧਰਮ ਅਪਣਾਓ ਜਿਸ ਤਰ੍ਹਾਂ ਉਹ ਚੱਲਦੇ ਨੇ ਉਸ ਤਰ੍ਹਾਂ ਉਹ ਚੱਲੇ ਠੀਕ ਹੈ ਉਹਨਾਂ ਦੇ ਰੀਤੀ ਰੀਤੀ ਰਿਵਾਜ਼ ਨੇ ਉਸ ਤਰ੍ਹਾਂ ਚੱਲੇ ਫਿਰ ਘਬਰਾਉਣਾ ਹੋਊ ਨਾ ਫਿਰ ਘਬਰਾਉਣ ਕੰਮ ਨਹੀਂ ਚੱਲਣਾ ਜੇ ਘਬਰਾਓਗੇ ਤਾਂ ਘਰ ਟੁੱਟ ਜਾਊਗਾ ਅੱਜ ਇਹ ਸੱਸ ਦੀ ਇੱਜ਼ਤ ਨਹੀਂ ਕਰੇਗੀ ਇਹ ਗੱਲ ਨਹੀਂ ਮੰਨੇਗੀ ਠੀਕ ਹੈ ਬਹੁਤ ਵਧੀਆ ਥੈਂਕ ਯੂ ਸੋ ਮਚ ਜੀ ਸੋ ਯੂ ਨੋ ਸਹੀ ਕਹਿ ਰਹੇ ਨੇ ਕਿ ਬੰਦੇ ਸਾਰੇ ਵਧੀਆ ਨੇ ਧਰਮ ਸਾਰੇ ਵਧੀਆ ਨੇ ਪਰ ਐਜ਼ ਪੇਰੈਂਟਸ ਜਾਂ ਐਜ਼ ਐਲਡਰਸ ਜਦੋਂ ਅਸੀਂ ਦੂਰੋਂ ਦੇਖਦੇ ਹਾਂ ਤਾਂ ਲੱਗਦਾ ਕਿ ਹਾਂ ਕੁਛ ਕੋਮਨਨੈਸ ਹੋਏ ਉਹਦੇ ਨਾਲ ਬਟ ਹਾਂ ਇਹ ਵੀ ਹੈ ਕਿ ਜਦੋਂ ਸਾਰਾ ਕੁਛ ਕੋਮਨਨੈਸ ਨੂੰ ਸੇਮ ਰੱਖ ਕੇ ਵੀ ਅਸੀਂ ਰਿਸ਼ਤੇ ਕਰਦੇ ਹਾਂ ਭਾਵੇਂ ਲਵ ਮੈਰਿਜ ਹੋਏ ਭਾਵੇਂ ਅਰੇਂਜ ਹੋਏ ਇਸ਼ੂਜ਼ ਉਹਦੇ 'ਚ ਵੀ ਆਉਂਦੇ ਹੈ ਸੋ ਅਲਟੀਮੇਟਲੀ ਇਸ਼ੂਜ਼ ਡਿਫਰੈਂਟ ਹੋ ਸਕਦੇ ਨੇ ਪਰ ਜਿਵੇਂ ਦਲ ਜੀ ਇਹਨਾਂ ਨੇ ਕਿਹਾ ਜੋਗਿੰਦਰ ਜੀ ਨੇ ਕਿਹਾ ਕਿ ਉੱਥੋਂ ਹੁਣ ਇਸ ਘੜੀ ਸੋਚਣ ਦਾ ਫਾਇਦਾ ਨਹੀਂ
ਇਸ ਕੜੀ ਹੁਣ ਕਿਵੇਂ ਇਸ ਸਿਚੁਏਸ਼ਨ ਨੂੰ ਉਹ ਕਰਨਾ, ਕਿਉਂਕਿ ਮੈਂ ਸਾਰਿਆਂ ਨੂੰ ਵੀ ਰਿਮਾਈਂਡ ਕਰਾ ਰਹੀ ਹਾਂ ਕਿ ਟਾਈਮ ਵੀ ਬੜਾ ਡੈਲੀਕੇਟ ਹੈ, ਇੱਕ ਬੱਚਾ ਛੋਟਾ ਜਿਹਾ ਔਰ ਦੂਜਾ ਸ਼ੀ ਇਜ਼ ਪ੍ਰੈਗਨੈਂਟ ਐਂਡ ਸ਼ੀ ਇਜ਼ ਅ ਯੂ ਨੋ ਬਹੁਤ ਪੜ੍ਹਾਈਆਂ ਕੀਤੀਆਂ ਐਂਡ 11 ਸਾਲ ਤੋਂ ਇਕੱਠੇ ਨੇ, 7 ਸਾਲ ਪਹਿਲੇ ਜਾਣਦੇ ਸੀ, ਫਿਰ 4 ਸਾਲ ਵਿਆਹ ਨੂੰ ਹੋ ਗਏ, ਇਹਨਾਂ ਵਿੱਚ 11 ਸਾਲ ਕਾਫੀ ਟਾਈਮ ਹੁੰਦਾ ਜਦੋਂ ਕਿ ਤੁਹਾਡਾ ਸਾਰਾ ਕੁਝ ਵਧੀਆ ਰਿਹਾ, ਬਟ ਹੁਣ ਇਸ ਡੈਲੀਕੇਟ ਸਿਚੁਏਸ਼ਨ 'ਚ ਕੋਈ ਚੀਜ਼ਾਂ ਹੋ ਸਕਦੀਆਂ ਬਹੁਤ ਜ਼ਿਆਦਾ ਲੱਗ ਰਹੀਆਂ ਹੁਣ, ਸੋ ਕੀ ਕਹਿੰਦੇ ਹੋ ਤੁਸੀਂ, ਜ਼ਰੂਰ ਕਾਲ ਕਰੋ, ਮੈਂ ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਹੈ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਵਨ ਸੈਕਿੰਡ, ਰਿਡਿਊਸ ਤੋਂ ਬਾਅਦ। ਕੌਣ ਬੋਲ ਰਹੇ ਹੋ ਜੀ? ਮੈਂ ਮਨੀ ਬੋਲ ਰਹੀ ਹਾਂ। ਹਾਂਜੀ ਮਨੀ ਜੀ, ਥੈਂਕ ਯੂ ਫੋਰ ਕਾਲਿੰਗ, ਦੱਸੋ। ਹਾਂਜੀ, ਬਸ ਮੈਨੂੰ ਇਹ ਨਹੀਂ ਸਮਝ ਆ ਰਹੀ ਸੀ, ਵਾਟ ਇਜ਼ ਹਰ ਫੀਅਰ, ਅਗਰ ਉਹ ਲੈ ਕੇ ਜਾ ਰਹੀ ਹੈ ਤੇ ਪੇਨ ਫੀਅਰ ਕੀ ਹੈ? ਬੇਬੀ ਨਹੀਂ, ਨਾ ਵੀ ਹੋਣ ਤਾਂ ਵੀ ਮਤਲਬ ਸਾਨੂੰ ਹੈ ਸਾਰਿਆਂ ਨੂੰ, ਜਿੱਦਾਂ ਨਿਊਜ਼ 'ਚ ਵੀ ਆਉਂਦਾ ਰਹਿੰਦਾ ਨਾ ਫਨੈਟਿਕਸ ਬਾਰੇ, ਕਿ ਰਿਲੀਜੀਅਸ ਫਨੈਟਿਕਸ ਨੂੰ ਮਤਲਬ ਕਰਦੇ ਨੇ, ਮਤਲਬ ਵਾਟ ਐਵਰ ਸ਼ੀ ਮਾਈਟ ਹੈਵ ਹਰਡ ਇਨ ਨਿਊਜ਼ ਐਂਡ ਆਲ ਦੈਟ, ਤੇ ਦੈਟ ਇਜ਼ ਅ ਮੇਨ ਫੀਅਰ। ਕਿ ਮਸਜਿਦ ਜਾਣ ਦੀ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਵੀ ਧਰਮ ਨੂੰ ਫੋਲੋ ਕਰਨ 'ਚ, ਮੇਨ ਫੀਅਰ ਹੈ ਕਿ ਫਨੈਟਿਕ ਨਾ ਬਣ ਜਾਏ ਬੱਚਾ। ਤੇ ਉਹਦੇ ਲਈ ਤੇ ਹਸਬੈਂਡ ਨਾਲ ਬਿਲਕੁਲ ਸਾਫ਼ ਸਾਫ਼ ਗੱਲ ਕਰਨੀ ਚਾਹੀਦੀ ਹੈ ਕਿ ਮੈਨੂੰ ਇਹ ਮੇਰਾ ਫੀਅਰ ਹੈ, ਮੈਨੂੰ ਕੋਈ ਧਰਮ ਨਾਲ ਕਿਸੇ ਨਾਲ ਪ੍ਰੋਬਲਮ ਨਹੀਂ ਹੈ, ਕਿ ਬੱਚਾ ਕੱਟੜਪੰਥੀ ਨਾ ਹੋ ਜਾਏ ਮੇਰਾ ਬੱਚਾ, ਤੇ ਉਹਨੂੰ ਆਪਣਾ ਗਣਪਤੀ ਦਾ ਵੀ ਕਰਨਾ ਚਾਹੀਦਾ, ਘਰ 'ਚ ਸਥਾਪਨਾ ਕਰਨੀ ਚਾਹੀਦੀ ਹੈ, ਪੂਜਾ ਵੀ ਕਰਨੀ ਚਾਹੀਦੀ ਹੈ, ਤਾਂ ਕਿ ਬੱਚੇ ਦਾ ਮਾਇੰਡ ਓਪਨ ਰਹੇ ਸਾਰੇ ਰਿਲੀਜੀਅਨਸ ਵੱਲੋਂ। ਥੋੜ੍ਹਾ ਜਿਹਾ ਆਪ ਵੀ ਰਿਲੀਜੀਅਸ ਆਪਣੇ ਘਰ 'ਚ ਮੂਰਤੀ ਰੱਖੋ, ਲਿਆ ਕੇ ਥੋੜ੍ਹੀ ਪਾਠ ਪੂਜਾ ਕਰੋ, ਤਾਂ ਕਿ ਜੋ ਮਦਰ ਇਨ ਲਾਅ ਨੇ ਤਾਂ ਕਰਨਾ ਹੀ ਹੈ, ਰਾਈਟ? ਉਹਨਾਂ ਨੇ ਉਹ ਮਤਲਬ ਮਦਰ ਇਨ ਲਾਅ ਕੋਈ ਦੁਸ਼ਮਣ ਤਾਂ ਹੈ ਨਹੀਂ ਉਹਨਾਂ ਦੇ, ਰਾਈਟ? ਤੇ ਉਹ ਵੈਸੇ ਹੀ ਲੈ ਕੇ ਜਾ ਰਹੇ ਨੇ, ਪਰ ਆਪਣੇ ਘਰ 'ਚ ਵੀ ਗਣਪਤੀ ਰੱਖਣ, ਤਾਂ ਕਿ ਬੱਚੇ ਦਾ ਜਿਹੜੀ ਹੈ ਨਾ ਅਪਬ੍ਰਿੰਗਿੰਗ ਬੈਲੈਂਸ ਰਹੇ, ਤੇ ਉਹਦੇ ਨਾਲ ਇਹਨਾਂ ਨੂੰ ਵੀ ਸ਼ਾਂਤੀ ਮਿਲੇਗੀ, ਤੇ ਮਾਤਾ ਜੀ ਨੇ ਜੋ ਕਰਨਾ ਉਹ ਵੀ ਖੁਸ਼ ਰਹਿਣਗੇ, ਆਪ ਵੀ ਖੁਸ਼ ਰਹਿਣਗੇ, ਬੱਚਾ ਵੀ ਥੋੜਾ ਓਪਨ ਮਾਈਂਡਡ ਰਹੇਗਾ। ਠੀਕ ਹੈ, ਤੇ ਬਾਕੀ ਪ੍ਰੇਅਰ ਇਜ਼ ਦਾ ਬੈਸਟ ਸੋਲੂਸ਼ਨ, ਜੋ ਵੀ ਵੀਅਰਸ ਨੇ ਮਤਲਬ ਪ੍ਰੇਅਰ ਕਰੋ, ਅਗਰ ਕੁਛ ਵੀ ਸੋਰੀ ਗੱਲ ਦਾ ਸੋਲੂਸ਼ਨ ਨਹੀਂ ਮਿਲ ਰਿਹਾ, ਤੇ ਪ੍ਰੇਅਰ ਕਰੋ ਕਿ ਮੇਰਾ ਬੱਚਾ ਕਿਸੇ ਗਲਤ ਪਾਸੇ ਨਾ ਜਾਏ, ਇਹ ਵੋ, ਤੇ ਸ਼ੀ ਵਿਲ ਬੀ ਐਟ ਪੀਸ। ਥੈਂਕ ਯੂ, ਥੈਂਕ ਯੂ ਸੋ ਮਚ ਮਨੀ ਜੀ, ਲੈਟਸ ਸੀ ਇਹ ਕੀ ਕਹਿ ਰਹੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸੁਦਰਸ਼ਨ ਜੀ। ਹਾਂਜੀ ਦੱਸੋ ਸੁਦਰਸ਼ਨ ਜੀ, ਮੈਂ ਕਹਿ ਰਹੀ ਹਾਂ ਕਿ ਲੜਕੀ ਦੇ ਮਨ 'ਚ ਜਦ ਦੋਨੋਂ ਨੇ ਇੱਕ ਵਾਰੀ ਫੈਸਲਾ ਕੀਤਾ ਕਿ ਸਾਡੇ ਬੱਚੇ ਜਿਹੜੇ ਆ ਗੁਆਉਣ ਵਾਲੀ ਸੰਤਾਨ ਹੈ, ਕੋਈ ਮਜ਼ਹਬ ਨਹੀਂ ਕਰੇ ਅਪਣਾਉਣਗੇ, ਆਪਣੇ ਆਪ ਵੱਡੇ ਹੋਣਗੇ ਤੇ ਅਪਣਾਉਣਗੇ ਜੋ ਉਹਨਾਂ ਨੂੰ ਚਾਹੀਦਾ, ਤੇ ਉਸ ਬੱਚੇ ਨੂੰ ਉਸਦੇ ਹਸਬੈਂਡ ਨੂੰ ਸਟੈਂਡ ਰੱਖਣਾ ਚਾਹੀਦਾ, ਉਹਦੇ ਉੱਤੇ ਕਾਇਮ ਰਹਿਣਾ ਚਾਹੀਦਾ, ਇਹ ਨਹੀਂ ਕਿ ਉਹਦੀ ਮਾਂ ਆ ਗਈ ਹੈ ਤੇ ਉਹ ਹੁਣ ਬਦਲ ਜਾਵੇ, ਐਸੀ ਚੀਜ਼ ਨਹੀਂ। ਸੋ ਤੁਸੀਂ ਇਹੀ ਸੁਜੈਸਟ ਕਰਦੇ ਹੋ ਕਿ ਉਹ ਇਸ ਬਾਰੇ ਜ਼ਰੂਰ ਓਪਨਲੀ ਗੱਲ ਕਰੇ? ਬਿਲਕੁਲ ਗੱਲ ਕਰੇ, ਕਿਉਂਕਿ ਲੜਕੀ ਦੇ ਮਨ ਦੇ ਵਿੱਚ ਅਜੇ ਵੀ ਬੇਸ਼ੱਕ ਬਾਈ ਲਾ ਬੱਚੇ ਮੁਸਲਿਮ ਹੋਣਗੇ, ਬਾਈ ਲਾ ਠੀਕ ਹੈ ਨਾ, ਉਹਨੇ ਸ਼ਾਦੀ ਕੀਤੀ ਮੁਸਲਿਮ ਨਾਲ, ਪਰ ਧਰਮ ਅਪਣਾਉਣਾ ਜਿਹੜਾ ਹੈ ਉਹ ਬੱਚਿਆਂ ਦੇ ਉੱਪਰ ਡਿਪੈਂਡ ਕਰਦਾ, ਉਹਨਾਂ ਨੂੰ ਵੱਡੇ ਹੋਣ ਦੇਣ, ਕਿਉਂਕਿ ਅਗਰ ਉਹਦੀ ਮਦਰ ਇਨ ਲਾ ਜਾਮਾ ਮਸਜਿਦ ਲੈ ਜਾਂਦੀ ਹੈ ਤੇ ਇਹਦਾ ਮਤਲਬ ਇਹਦੇ ਮਨ ਦੇ ਵਿੱਚ ਖਲਿਸ਼ ਹੈ ਔਰ ਇਹਦਾ ਹਿੰਦੂਤਵ ਜਾਗਦਾ ਕਿ ਮੇਰਾ ਬੱਚਾ ਮਸਜਿਦ ਕਿਉਂ ਜਾ ਰਿਹਾ, ਪੱਕੀ ਗੱਲ ਹੈ। ਚਾਹੇ ਉਹ ਕਵੇ ਕਿ ਉਹਨੇ ਇਸੇ ਕਰਕੇ ਕਿਹਾ ਕਿ ਨਾ ਉਹ ਮੇਰਾ ਮਸਜਿਦ ਅਪਣਾਵੇ, ਨਾ ਨਾ ਮੰਦਰ ਜਾਏ, ਨਾ ਗੁਰਦੁਆਰੇ ਜਾਏ, ਨਾ ਈਸਾ ਮਸੀਹ ਜਾਏ, ਤੇ ਨਾ ਹੀ ਉਹ ਮਸਜਿਦ ਜਾਏ, ਉਹਦੇ ਉਹਨੇ ਚਾਰੋ ਆਪਸ਼ਨ ਜਿਹੜੀਆਂ ਨੇ ਬੰਦ ਰੱਖੀਆਂ ਨੇ, ਜਦ ਹੁਣ ਉਹਦੀ ਮਦਰ ਇਨ ਲਾ ਲਿਜਾਣਾ ਚਾਹੁੰਦੀ ਹੈ ਤਾਂ ਦੈਟਸ ਰੋਂਗ, ਬਿਲਕੁਲ ਰੋਂਗ, ਆਪਣੀ ਮਦਰ ਇਨ ਲਾ ਨੂੰ ਕਹਿ ਸਕਦੀ ਹੈ ਬਿਲਕੁਲ ਕਿ ਮਸਜਿਦ ਨਹੀਂ ਲੈ ਕੇ ਜਾਓ, ਕਿਉਂਕਿ ਮੈਂ ਇਹਨੂੰ ਮੰਦਰ ਗੁਰਦੁਆਰੇ ਨਹੀਂ ਲੈ ਕੇ ਜਾ ਰਹੀ, ਇਹਨਾਂ ਨੂੰ ਵੱਡੇ ਹੋਣ ਦਿਓ, ਜੋ ਇਹਨਾਂ ਨੂੰ ਸਮਝ ਆਏਗੀ ਅਪਣਾਉਣਗੇ ਤੇ ਮੈਨੂੰ ਉਸ ਵਕਤ ਕੋਈ ਇਤਰਾਜ਼ ਨਹੀਂ ਹੋਏਗਾ, ਲੇਕਿਨ ਅਸੀਂ ਦੋਨਾਂ ਨੇ ਫੈਸਲਾ ਕੀਤਾ ਹੀ ਹੈਜ਼ ਟੂ ਕਾਇਮ, ਉਹਦੇ ਤੇ ਕਾਇਮ ਰਹੇ। ਬਹੁਤ ਵਧੀਆ ਸੁਦਰਸ਼ਨ ਜੀ, ਬਹੁਤ ਵਧੀਆ, ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਗਿਆਨ ਸਿੰਘ ਜੀ, ਦੱਸੋ ਕੀ ਕਹਿੰਦੇ ਹੋ? ਮੈਂ ਤੁਹਾਨੂੰ, ਚਲੋ ਬਹੁਤ ਸਿਆਣੇ ਸਿਆਣੇ ਤੁਹਾਨੂੰ ਰਾਏ ਦੇ ਗਏ ਆ, ਮੈਂ ਤਾਂ ਜਲਦੀ ਨਵੇੜ ਦੇਣੀ ਆ। ਦੱਸੋ, ਉਹ ਇਹ ਵੀ ਜਦੋਂ ਇਹਨਾਂ ਨੇ ਰਿਸ਼ਤਾ ਜੋੜਿਆ ਹੋਊਗਾ ਆਪ ਵਿੱਚ ਕੁੜੀ ਮੁੰਡੇ ਨੇ, ਹਾਂਜੀ, ਜਿਹੜੇ ਉਹਦੇ ਪੇਰੈਂਟਸ ਸੀਗੇ ਉਹਨਾਂ ਨੂੰ ਭਰੋਸੇ 'ਚ ਲਿਆ ਸੀ ਇਹਨਾਂ ਨੇ? ਹਾਂਜੀ, ਉਹ ਇਨਵੋਲਵ ਹੋਏ ਸੀ ਉਹਨਾਂ ਨੇ, ਸਗੋਂ ਇਹਨਾਂ ਨੇ ਕੋਈ ਰਿਚੁਅਲ ਵੀ ਕੀਤੀ ਜਿਹਦੇ ਨਾਲ ਯੂ ਨੋ ਵੈਡਿੰਗ ਜਿਹੜੀ ਹੈ ਮੁਸਲਿਮ ਰਾਈਟਸ ਨਾਲ ਹੋਈ ਹੈ। ਹਾਂ ਠੀਕ ਹੈ,
ਤੇ ਹੁਣ ਮਤਲਬ ਮੁਸਲਿਮ ਰਿਲੀਜੀਅਸ ਦੇ ਮੁਤਾਬਕ ਹੋਈ ਆ, ਹੁਣ ਲੜਕੀ ਨੂੰ ਕੀ ਪ੍ਰੋਬਲਮ ਆ? ਉਹ ਤਾਂ ਮੈਂ ਤੁਹਾਨੂੰ ਦੱਸਿਆ ਹੀ ਪਹਿਲੇ ਕਿ ਉਹ ਜਦੋਂ ਪਹਿਲਾਂ ਸ਼ੁਰੂ ਤੋਂ ਮੰਨ ਗਈ ਕਿ ਮੈਂ ਮੁਸਲਿਮ ਧਰਮ ਚ ਆ ਗਈ, ਨਹੀਂ ਮੰਨੇ ਨਾ, ਇਹ ਤੇ ਆਪਸ ਵਿੱਚ ਉਹਨਾਂ ਦਾ ਹੋਇਆ ਹੈ ਕਿ ਜਿਸ ਤਰ੍ਹਾਂ ਮਰਜ਼ੀ ਹੈ, ਸਿਰਫ ਪੇਰੈਂਟਸ ਵਾਸਤੇ ਅਸੀਂ ਇਹ ਕਰ ਰਹੇ ਹਾਂ, ਅਸੀਂ ਦੋਨੋਂ ਜਣੇ ਨੋਨ ਰਿਲੀ ਆਪਣੇ ਆਪ ਨੂੰ ਮੰਗਦੇ ਹਾਂ ਕਿ ਅਸੀਂ ਰਿਲੀਜੀਅਸ ਨਹੀਂ ਹਾਂ, ਨਾ ਅਸੀਂ ਮੁਸਲਮਾਨ ਹਾਂ ਨਾ ਹਿੰਦੂ ਹਾਂ, ਅਤੇ ਅਸੀਂ ਬੱਚਿਆਂ ਨੂੰ ਵੀ ਉਂਝ ਹੀ ਰੇਜ਼ ਕਰਾਂਗੇ, ਵੱਡੇ ਹੋਣਗੇ ਅਤੇ ਉਹਨਾਂ ਦੀ ਮਰਜ਼ੀ ਹੈ। ਹਾਂ ਤਾਂ ਫਿਰ ਹੁਣ ਜਦ ਲੜਕਾ ਲੜਕੀ ਆਪੋ ਵਿੱਚ ਹੀ ਖੁਸ਼ ਹੈ ਤਾਂ ਫਿਰ ਲੜਕੀ ਉਹ ਓਬਜੈਕਸ਼ਨ ਕਿਉਂ ਕਰਦੀ ਹੈ? ਠੀਕ ਹੈ ਗਿਆਨ ਸਿੰਘ ਜੀ, ਮੈਨੂੰ ਲੱਗਦਾ ਤੁਸੀਂ ਕਲੀਅਰਲੀ ਸੁਣੀ ਨਹੀਂ, ਉਹਨਾਂ ਦੋਨਾਂ ਨੂੰ ਓਬਜੈਕਸ਼ਨ ਨਹੀਂ ਹੈ, ਇਹਨਾਂ ਦਾ ਇਸ ਵੇਲੇ ਹੈ ਕਿਉਂਕਿ ਜਿਵੇਂ ਸੁਦਰਸ਼ਨ ਜੀ ਨੇ ਕਿਹਾ ਪਹਿਲੇ ਉਹਨਾਂ ਦੀ ਆਪਸ 'ਚ ਇਹ ਤੈਅ ਹੋਇਆ ਹੋਇਆ, ਯੂ ਨੋ, ਸੋ ਜਾਂ ਤਾਂ ਸੈਕੂਲਰ ਕਰਨ, ਜਿਸ ਤਰ੍ਹਾਂ ਮਨੀ ਜੀ ਨੇ ਕਿਹਾ ਕਿ ਹਾਂ ਤੁਸੀਂ ਵੀ ਗਣਪਤੀ ਵੀ ਇੰਟਰੋਡਿਊਸ ਕਰੋ, ਯੂ ਨੋ, ਆਪਣਾ ਰਿਲੀਜਨ ਵੀ ਇੰਟਰੋਡਿਊਸ ਕਰੋ ਅਤੇ ਉੱਥੇ ਵੀ ਜਾਣ ਦਿਓ ਤਾਂ ਕਿ ਬੱਚੇ ਡਿਸਾਈਡ ਕਰੇ ਆਪੇ, ਜਾਂ ਫਿਰ ਦੋਨੋਂ ਨਾ ਕਰੋ, ਸੋ ਸ਼ੀ ਕੈਨ ਟਰਾਈ ਦੈਟ। ਠੀਕ ਹੈ, ਬਹੁਤ ਵਧੀਆ ਗਿਆਨ ਸਿੰਘ ਜੀ, ਹੋਰ ਵੀ ਕੁਛ ਧਿਆਨ ਆਏ ਤਾਂ ਜ਼ਰੂਰ ਕਰਿਓ। ਮੈਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੀ ਹਾਂ, ਵਾਪਸ ਹਾਜ਼ਰ ਹੋ। ਸਾਰਿਆਂ ਦਾ ਫਿਰ ਸਵਾਗਤ ਹੈ। ਹਰਮਿਤ ਸਿੱਧੂ, ਉਹਨਾਂ ਨੇ ਫੇਸ ਪੇਜ ਦੇ ਉੱਤੇ ਮੈਸੇਜ ਪਾਇਆ ਕਿ ਅਗਰ ਹਸਬੈਂਡ ਲਵ ਕਰਦਾ ਹੈ, ਇਫ ਹਰ ਹਸਬੈਂਡ ਲਵਸ ਹਰ ਐਂਡ ਟਰੱਸਟ ਹਿਮ, ਸ਼ੀ ਟਰੱਸਟ ਹਿਮ, ਸ਼ੀ ਸ਼ੁੱਡ ਹੈਵ ਐਨੀ ਰੀਜ਼ਨ ਟੂ ਫੇਅਰ। ਸੋ ਕਹਿਣ ਕਿ ਡਰ ਦੂਰ ਕਰ, ਆਪਣਾ ਹਟਾ ਦੇਣ ਔਰ ਮਤਲਬ ਐਟ ਪੀਸ ਹੋਣ। ਸੋ ਲੈਟਸ ਸੀ, ਹੋਰ ਵੀ ਇਹ ਕੁਛ ਕਹਿੰਦੇ ਨੇ ਅਤੇ ਐਨੀ ਦੇਰ ਮੈਂ ਹੋਰ ਕਾਲਸ ਲੈ ਲੈਂਦੀ ਹਾਂ, ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿੰਦੇ ਹਾਂ। ਥੈਂਕ ਯੂ ਹਰਮਿਤ। ਹਾਂਜੀ, ਹੈਲੋ, ਹਾਂਜੀ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਹਾਂਜੀ ਗੁਰਦੀਪ ਜੀ, ਹਾਂਜੀ ਗੁਰਦੀਪ ਜੀ, ਦੱਸੋ ਕੀ ਕਹਿੰਦੇ ਹੋ? ਅਰਵਿੰਦ ਜੀ, ਸਿਰ ਹੈ ਤਾਂ ਤਾਜ ਹੈ, ਮੈਰਿਜ ਲਾਈਫ ਹੈ ਤਾਂ ਪਰਿਵਾਰ ਹੈ। ਟਰੂ ਜੀ। ਤੇ ਪਰਿਵਾਰ ਨੂੰ ਬਚਾਉਣ ਲਈ ਇਸ ਬੇਟੀ ਨੂੰ ਇਹਨਾਂ ਛੋਟੀਆਂ ਮੋਟੀਆਂ ਗੱਲਾਂ ਵੱਲ ਲੋਕਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ ਮੇਰੇ ਖਿਆਲ ਦੇ ਵਿੱਚ। ਮਜ਼ਹਬ ਹੈ, ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ। ਮਜ਼ਹਬ ਮਜ਼ਹਬ ਨਾਲੋਂ ਸੰਸਕਾਰ ਜ਼ਿਆਦਾ ਕੰਮ ਆਉਂਦੇ ਆ। ਤੇ ਇਹ ਬੇਟੀ ਨੂੰ ਚਾਹੀਦਾ ਕਿ ਬੱਚਿਆਂ ਦੇ ਵਿੱਚ, ਆਪਣੇ ਜਿਹੜੇ ਵੀ ਦੂਜੇ ਵੀ ਬੱਚਾ ਹੋਣ ਵਾਲਾ, ਉਹਨਾਂ ਵਿੱਚ ਸੰਸਕਾਰ, ਆਪਣੀ ਵੱਲੋਂ ਪੂਰੇ ਸੰਸਕਾਰ ਭਰਨ ਦੀ ਕੋਸ਼ਿਸ਼ ਕਰਨ ਜੀ। ਤੇ ਮਜ਼ਹਬ ਤਾਂ ਸੈਕੰਡਰੀ ਚੀਜ਼ ਹੋ ਸਕਦੀ ਹੈ, ਮਜ਼ਹਬ ਤੋਂ ਪਹਿਲਾਂ ਤਾਂ ਇਨਸਾਨੀਅਤ ਆ। ਸੋ ਇਹ ਕੋਸ਼ਿਸ਼ ਇੱਧਰ ਜ਼ਿਆਦਾ ਆਪਣੇ ਦਿਮਾਗ ਨੂੰ ਲਾ ਦੇਣ ਕਿ ਮੈਂ ਬੱਚਿਆਂ ਦੇ ਵਿੱਚ ਸੰਸਕਾਰ ਜ਼ਿਆਦਾ ਤੋਂ ਜ਼ਿਆਦਾ ਵਧੀਆ ਭਰ ਦਿਆਂ, ਉਹਨਾਂ ਨੂੰ ਇੱਕ ਵਧੀਆ ਇਨਸਾਨ ਬਣਾ ਦਿਆਂ। ਮਜ਼ਹਬ ਕੋਈ ਵੀ ਖਰਾਬ ਨਹੀਂ ਹੈ ਮੇਰੇ ਹਿਸਾਬ ਤੇ, ਸਾਰੇ ਹੀ ਵਧੀਆ ਗੱਲਾਂ ਦੱਸਦਾ ਮਜ਼ਹਬ ਜੀ। ਤੇ ਤੁਸੀਂ ਮੀਨਿੰਗ ਕਈ ਵਾਰੀ ਅਲੱਗ ਲਾ ਦਿੰਦੇ ਆ, ਥੋੜਾ ਇਹਨਾਂ ਨੂੰ ਇਹ ਮੰਨਣਾ ਪਏਗਾ, ਜੇ ਨਹੀਂ ਇਹ ਸਮਝੌਤਾ ਕੀਤਾ ਹੈ ਤਾਂ ਥੋੜਾ ਉਹਨਾਂ ਨੂੰ ਕੋਆਪਰੇਟ ਕਰਨਾ ਪਏਗਾ। ਠੀਕ ਹੈ, ਬਹੁਤ ਵਧੀਆ ਗੁਰਦੀਪ ਜੀ, ਸਹੀ ਕਹਿੰਦੇ ਹੋ, ਸੰਸਕਾਰ ਤੇ ਫੋਕਸ ਕਰਨ, ਅਪਬ੍ਰਿੰਗਿੰਗ, ਯੂ ਨੋ, ਐਜ਼ ਅ ਪਰਸਨ, ਐਜ਼ ਅ ਹਿਊਮਨ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਕਿਹਦੀ ਮਨਪ੍ਰੀਤ? ਹਾਂਜੀ, ਸਤਿ ਸ਼੍ਰੀ ਅਕਾਲ। ਆਪਣੀ ਆਵਾਜ਼ ਸੁਣਨ ਦੀ ਵੇਟ ਨਾ ਕਰੋ। ਹਾਂਜੀ ਬੋਲੋ। ਹਾਂਜੀ, ਹਾਂਜੀ, ਤੁਹਾਡੀ ਸਾਰਿਆਂ ਨੂੰ ਆਵਾਜ਼ ਆ ਰਹੀ ਹੈ, ਪਲੀਜ਼। ਬੋਲੋ। ਜਿਹੜਾ ਤੁਸੀਂ ਆ ਪੈਸਾ ਲਿਆਂਦਾ ਜੀ, ਹਾਂਜੀ, ਜਾਂ ਤਾਂ ਮੈਂ ਕਹਿੰਦੇ ਵੀ ਰੱਬ ਤੇ ਛੱਡ ਦੋ ਜਿਹੜਾ ਕੁਛ ਹੋ ਰਿਹਾ ਹੈ ਨਾ। ਠੀਕ ਹੈ, ਲੇਕਿਨ ਜੇ ਹੁਣ ਆਪਾਂ ਕਹਾਂਗੇ ਵੀ ਆਪਾਂ ਆਪਦੇ ਹੱਥ ਨਾਲ ਕਰਾਂਗੇ, ਕਈ ਵਾਰੀ ਉਹ ਵੀ ਨੀ ਠੀਕ ਰਹਿੰਦਾ, ਕਈ ਵਾਰੀ ਜਵਾਕ ਅੱਲਾ ਦਾ ਜ਼ਿਕਰ ਆਉਂਦਾ ਨਾ, ਉਹ ਵੀ ਇਹ ਤਾਂ ਕੁਛ ਨੀ ਪਤਾ ਲੱਗਦਾ, ਕਿਸਮਤ ਹੈ ਤਾਂ ਹਨਾ। ਅੱਛਾ ਜੀ, ਬਾਕੀ ਜਿਹੜੇ ਹੋਣ ਸੰਯੋਗ ਹੀ ਹੋਣ ਜੀ, ਵਿਯੋਗ ਤਾਂ ਨਾ ਹੋਣ, ਤਲਾਕ ਤਾਂ ਨਾ ਹੋਵੇ ਕਿਸੇ ਦਾ ਵੀ, ਹੈ ਨਾ। ਸਹੀ ਹੈ, ਠੀਕ ਹੈ। ਹਾਂ, ਤਲਾਕ ਤਾਂ ਆਪਾਂ ਸੁਪਨੇ ਚ ਨਾ ਆਪਾਂ ਨੂੰ ਆਵੇ ਕਿਸੇ ਦਾ ਵੀ, ਸੁਪਨਾ ਨਾ ਆਵੇ ਤਲਾਕ ਦਾ, ਤਾਂ ਆਪਾਂ ਕਹਿੰਦੇ ਸੰਯੋਗ ਹੀ ਹੋਣ, ਭਾਈ ਤਲਾਕ ਤੇ ਬਹੁਤ ਭੈੜੀ ਗੱਲ ਹੈ। ਠੀਕ ਹੈ ਜੀ, ਬਹੁਤ ਵਧੀਆ, ਥੈਂਕ ਯੂ ਸੋ ਮੱਚ। ਬਿਲਕੁਲ ਜੋੜਨ ਦੀ ਗੱਲ ਕਰ ਰਹੇ ਹੋ ਤੁਸੀਂ, ਔਰ ਯੂ ਨੋ, ਉਸ ਪਾਸੇ ਨਾ ਸੋਚਣ। ਹੈਲੋ, ਹਾਂਜੀ ਸੁਰਿੰਦਰ ਜੀ, ਦੱਸੋ। ਸਤਿ ਸ਼੍ਰੀ ਅਕਾਲ। ਮੈਨੂੰ ਵੀ ਲੱਗਦਾ ਕਿ ਕੁਛ ਨਹੀਂ ਸੋਚਣ, ਜੋ ਜਿਵੇਂ ਕਿ ਉਹਨਾਂ ਨੇ ਆਪਸ ਵਿੱਚ ਵਿਆਹ ਕਰਾਇਆ, ਡਿਸਾਈਡ ਕੀਤਾ ਹੈ, ਤੇ ਅਗਰ ਬੱਚੇ ਵੱਡੇ ਹੋਣਗੇ, ਜਿਵੇਂ ਕਿ ਸੁਦਰਸ਼ਨ ਜੀ ਨੇ ਕਿਹਾ, ਸਹੀ ਕਿਹਾ ਕਿ ਉਹਨੇ ਆਪਣੇ ਆਪ ਡਿਸਾਈਡ ਕਰਨਗੇ ਅਸੀਂ ਕੀ ਕਰਨਾ, ਕਿਉਂਕਿ ਇਹਨਾਂ ਨੇ ਵੀ ਹੁਣ ਆਪਸ ਵਿੱਚ ਡਿਸਾਈਡ ਕੀਤਾ ਹੈ ਨਾ
ਜੀ ਜੀ ਸੋ ਤੁਸੀਂ ਵੀ ਇਹ ਜ਼ਰੂਰ ਕਹੋਗੇ ਕਿ ਆਪਸ ਗੱਲ ਕਰਨੀ ਤਾਂ ਜ਼ਰੂਰੀ ਹੈ ਨਾ ਉਹਨੂੰ ਸ਼ਾਵਟ ਅੰਦਰ ਦਾ ਕਾਪਟ ਤੇ ਮਨ ਚ ਥੌਟ ਆ ਗਈ ਹੈ ਅਪਸੈਟ ਕਰ ਰਹੀ ਹੈ ਤੇ ਇੰਨਾ ਰਿਸ਼ਤਾ ਤੇ ਹੋਣਾ ਚਾਹੀਦਾ 11 ਸਾਲ ਦੇ ਇਕੱਠੇ ਆ ਕਿ ਉਹਨੂੰ ਗੱਲ ਕਰਨ ਨਹੀਂ ਹਾਂ ਮੈਂ ਹਸਬੈਂਡ ਨੂੰ ਕਹਾਂਗੀ ਤੁਹਾਨੂੰ ਕਿ ਗੱਲ ਕਰਨ ਆਪਣੇ ਮਦਰ ਨੇ ਉਹਨੂੰ ਜਿਵੇਂ ਕਿ ਉਹ ਲੈ ਕੇ ਜਾਂਦੇ ਨੇ ਜੀ ਉਹਨਾਂ ਨੂੰ ਜਿੱਥੇ ਵੀ ਉਹ ਜਾਂਦੇ ਨੇ ਉਹਨਾਂ ਨੂੰ ਕਹਿਣ ਵੀ ਜਦੋਂ ਮੈਂ ਨਹੀਂ ਇਹਨਾਂ ਨੂੰ ਕਿਤੇ ਵੀ ਲੈ ਕੇ ਜਾ ਰਹੀ ਤੇ ਤੁਸੀਂ ਵੀ ਨਹੀਂ ਲਿਜਾ ਸਕਦੇ ਇਹ ਤਾਂ ਓਕੇ ਠੀਕ ਹੈ ਨਹੀਂ ਲੈ ਕੇ ਜਾ ਰਹੇ ਜਾਂ ਉਹਦੇ 'ਚ ਸਮਝੌਤਾ ਹੋਏ ਕਿ ਜਿਸ ਤਰ੍ਹਾਂ ਮਨੀ ਜੀ ਨੇ ਕਿਹਾ ਵੀ ਦੋਨੋਂ ਚੀਜ਼ ਨੂੰ ਇੰਟਰੋਡਿਊਸ ਕਰੋ ਜਾਂ ਫਿਰ ਨਹੀਂ ਕਰੋ ਪਰ ਉਹ ਹੀ ਕੁਝ ਕਰਨਾ ਹੀ ਪੈਣਾ ਹਾਂ ਬਟ ਆਈ ਥਿੰਕ ਉਹੀ ਜਿਵੇਂ ਰਿਪੀਟ ਅਸੀਂ ਕਰ ਰਹੇ ਹਾਂ ਕਿ ਫੀਅਰ ਨਾ ਕਰਨ ਫੀਅਰ ਜਿਹੜਾ ਆ ਗਿਆ ਉਹਦੇ ਬਾਰੇ ਕਮਿਊਨੀਕੇਟ ਜ਼ਰੂਰ ਕਰਨ ਕਿ ਮੇਰੇ ਮਨ 'ਚ ਇਹ ਆਉਂਦਾ ਕਿ ਜ਼ਿਆਦਾ ਯੂ ਨੋ ਕੱਟਣ ਨਾ ਹੋ ਜਾਏ ਲੈਟਸ ਸੀ ਇਹਨਾਂ ਨੂੰ ਕੁਛ ਕੀ ਕਹਿੰਦੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਟੀਵੀ ਵੱਲ ਧਿਆਨ ਦਿਓ ਫੋਨ ਵੱਲ ਗੱਲ ਕਰੋ ਫੋਨ ਵੱਲ ਧਿਆਨ ਦਿਓ ਆਪਣਾ ਟੀਵੀ ਤੋਂ ਹਟੋ ਹਾਂਜੀ ਹੈਲੋ ਹੈਲੋ ਮੈਨੂੰ ਆਪਣੀ ਆਵਾਜ਼ ਆਉਂਦੀ ਹੈ ਪਲੀਜ਼ ਫੋਨ ਤੇ ਤੁਹਾਡੀ ਆਵਾਜ਼ ਸਾਰਿਆਂ ਨੂੰ ਪਹੁੰਚ ਰਹੀ ਹੈ ਸੋ ਦੱਸੋ ਕੀ ਕਹਿੰਦੇ ਹੋ ਕੀ ਕਹਿੰਦੇ ਜੀ ਕਹਿੰਦੇ ਆ ਵੀ ਜੋ ਪਹਿਲਾਂ ਤਾਂ ਡਿਸੀਜਨ ਉਹਨਾਂ ਨੂੰ ਸੋਚ ਕੇ ਲੈਣਾ ਚਾਹੀਦਾ ਸੀ ਜੇ ਹੁਣ ਲੈ ਲਿਆ ਡਿਸੀਜਨ ਤਾਂ ਮਤਲਬ ਉਹਨਾਂ ਨੂੰ ਹੁਣ ਨਿਭਾਉਣਾ ਚਾਹੀਦਾ ਠੀਕ ਹੈ ਬਹੁਤ ਵਧੀਆ ਅੱਲਾ ਵਾਹਿਗੁਰੂ ਦਾ ਨਾਮ ਇੱਕ ਹੈ ਭਰਮਾਂ ਚ ਪੈ ਗਈ ਦੁਨੀਆ ਹਾਂਜੀ ਸਹੀ ਕਹਿੰਦੇ ਹੋ ਹੈ ਨਾ ਜੀ ਜੀ ਹੁਣ ਕਿਉਂ ਬੱਚੇ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ ਚਾਹੀਦੀ ਜਾਂ ਇਸ ਤੋਂ ਪਹਿਲਾਂ ਸੋਚਦੇ ਵੀ ਜੇ ਮੁਸਲਮਾਨ ਨਾਲ ਵਿਆਹ ਕਰਾਉਣਾ ਤਾਂ ਫਿਰ ਉਹਨਾਂ ਆਪਣੇ ਧਰਮਾਂ ਨੂੰ ਹੀ ਲਿਜਾਣਾ ਚਲੋ ਬਹੁਤ ਵਧੀਆ ਸੋ ਇਸ ਵੇਲੇ ਮਤਲਬ ਕੁਛ ਵੀ ਨੈਗੇਟਿਵਿਟੀ ਤੋਂ ਬਚਣ ਇਹੀ ਹੈਗਾ ਹੈਨਾ ਹਾਂਜੀ ਬਚਣਾ ਚਾਹੀਦਾ ਹੁਣ ਆਪਣੀ ਉਹ ਗਾਂ ਆਉਣ ਵਾਲੀ ਜਿਹੜੀ ਜ਼ਿੰਦਗੀ ਉਹ ਖਰਾਬ ਨਾ ਕਰਨ ਬੱਚਿਆਂ ਦੀ ਜ਼ਿੰਦਗੀ ਨਾ ਖਰਾਬ ਕਰਨ ਬਹੁਤ ਵਧੀਆ ਥੈਂਕ ਯੂ ਸੋ ਮਚ ਜੀ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਹੈਲੋ ਹਾਂਜੀ ਅਰਵਿੰਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਤੋਂ ਬੋਲ ਰਿਹਾ ਜੀ ਹਾਂਜੀ ਸਵਾਗਤ ਹੈ ਦੱਸੋ ਹਾਂਜੀ ਮੇਰਾ ਵਿਚਾਰ ਇਹ ਆ ਕਿ ਜਦੋਂ ਇਹ ਲੜਕੇ ਲੜਕੀ ਨੇ ਜਦਕਿ ਇੰਡੀਆ ਦੇ ਪਲੇ ਹੋਏ ਆ ਇਹਨਾਂ ਨੇ ਜਦੋਂ ਇਹ ਫੈਸਲਾ ਆਪਣੇ ਵਿਆਹ ਦਾ ਕੀਤਾ ਤੇ ਇਹਨਾਂ ਨੂੰ ਮੇਰਾ ਖਿਆਲ ਆ ਕਾਫੀ ਇਸ ਬਾਰੇ ਜਾਣਕਾਰੀ ਸੀਗੀ ਵੀ ਸਾਡਾ ਰਿਲੀਜਨ ਕੀ ਆ ਸਾਡੇ ਰਿਲੀਜਨ ਦੀ ਕੱਲ ਨੂੰ ਸਾਨੂੰ ਕੀ ਪ੍ਰੋਬਲਮ ਆ ਸਕਦੀਆਂ ਆ ਬੱਚੇ ਸਾਡੇ ਹੋਣੇ ਆ ਉਹ ਕੀ ਬਣਨਗੇ ਇਹਨਾਂ ਦਾ ਜੇਕਰ ਕੋਈ ਐਗਰੀਮੈਂਟ ਹੋਇਆ ਉਹ ਆਪਸ ਦੇ ਵਿੱਚ ਅੰਡਰਸਟੈਂਡਿੰਗ ਹੋਈ ਆ ਉਹਨਾਂ ਦੀ ਦਾਦੀ ਨਾਲ ਤਾਂ ਨਹੀਂ ਹੋਈ ਸੀ ਤੇ ਦਾਦੀ ਨੇ ਆਪਣੀ ਸਿੱਖਿਆ ਬੱਚੇ ਨੂੰ ਨਹੀਂ ਦੇਣੀ ਹੈਗੀ ਜੀ ਜੀ ਦਾਦੇ ਦਾਦੀਆਂ ਨੇ ਤਾਂ ਆਪਣੇ ਬੱਚਿਆਂ ਨੂੰ ਜੋ ਸਿੱਖਿਆ ਹੈਗੀ ਆ ਜੇਕਰ ਉਹ ਗੁਰਦੁਆਰਾ ਸਾਹਿਬ ਜਾਂਦੇ ਤਾਂ ਉਹਨੇ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਜੇਕਰ ਉਹ ਮੰਦਰ ਜਾਂਦੇ ਮੰਦਰ ਜਾਣਗੇ ਜੇਕਰ ਉਹ ਮਸਜਿਦ ਜਾਂਦੇ ਆ ਤਾਂ ਉੱਥੇ ਜਾਣਗੇ ਸੋ ਕੀ ਸੁਜੈਸਟ ਕਰਦੇ ਹੋ ਹੁਣ ਸੁਜੈਸਟ ਇਹੀ ਕਰਦੇ ਆ ਕਿ ਬੱਚਿਆਂ ਦੀ ਖਾਤਰ ਇਹ ਜਿਹੜਾ ਆ ਇਹ ਰਿਲੀਜਨ ਜੇਕਰ ਇਹ ਪੜ ਕੇ ਹਿੰਦੂ ਰਿਲੀਜਨ ਦੇ ਵਿੱਚ ਪੜ ਕੇ ਭੈਣ ਸਾਡੀ ਮੁਸਲਮਾਨ ਲੜਕੇ ਨਾਲ ਵਿਆਹ ਕਰ ਸਕਦੀ ਆ ਤੇ ਕੀ ਗਰੰਟੀ ਆ ਕੱਲ ਨੂੰ ਇਹ ਲੜਕੇ ਦੇ ਪਿੱਛੇ ਆਪਣਾ ਘਰ ਖਰਾਬ ਕਰ ਲਵੇ ਬੱਚਿਆਂ ਦੇ ਖਾਤਰ ਆਪਣਾ ਘਰ ਖਰਾਬ ਕਰ ਲਵੇ ਹੁਣ ਤੇ ਬੱਚਿਆਂ ਦਾ ਵੀ ਹੋਏਗਾ ਉਹਦੇ ਵਿੱਚ ਤੇ ਕੱਲ ਨੂੰ ਕੀ ਗਰੰਟੀ ਆ ਕਿ ਉਹ ਬੱਚਾ ਜਿਹੜਾ ਆ ਉਹ ਜਾਂ ਹਿੰਦੂ ਨਾਲ ਹੀ ਵਿਆਹ ਕਰਾਏਗਾ ਜਾਂ ਮੁਸਲਮਾਨ ਨਾਲ ਹੀ ਕਰਾਏਗਾ ਬਿਲਕੁਲ ਬਿਲਕੁਲ ਥੈਂਕ ਯੂ ਸੋ ਮਚ ਜੀ ਬਹੁਤ ਵਧੀਆ ਯੂ ਨੋ ਸਮਾਂ ਹੋਰ ਨਹੀਂ ਹੈ ਇਜਾਜ਼ਤ ਨਹੀਂ ਦੇ ਰਿਹਾ ਹੋਰ ਕਾਲਸ ਜਿਹੜੀਆਂ ਆ ਰਹੀਆਂ ਪਲੀਜ਼ ਈਮੇਲ ਲਿਖ ਸਕਦੇ ਹੋ arvind@justbroadcasting.com ਜਾਂ ਫੇਸਬੁੱਕ ਪੇਜ ਜਿਹੜਾ ਉਹਦੇ 'ਤੇ ਤੁਸੀਂ ਆਪਣਾ ਯੂ ਨੋ ਮੈਸੇਜ ਦੇ ਸਕਦੇ ਹੋ ਪਰ ਉਹੀ ਗੱਲ ਹੈ ਕਿ ਹੁਣ ਜਿਹੜਾ ਹੈ ਨਾ ਲੈ ਲਿਆ ਡਿਸੀਜਨ ਠੀਕ ਹੈ ਔਰ ਬੜੇ ਸਾਰੇ ਅਸੀਂ ਜਿੰਨੇ ਇਰਦ ਗਿਰਦ ਝਾਤੀ ਮਾਰੀਏ ਬੜੇ ਮੇਰੇ ਪਰਸਨਲੀ ਜਾਣਨ ਵਾਲੇ ਹੈਗੇ ਹੈ ਜਿਹੜੇ ਡਿਫਰੈਂਟ ਰਿਲੀਜਨਸ ਨੂੰ ਬਿਲੋਂਗ ਕਰਦੇ ਨੇ ਬੜੇ ਵਧੀਆ ਵਿਆਹ ਚੱਲ ਰਹੇ ਨੇ ਬੜੇ ਸੋਹਣੇ ਯੂ ਨੋ ਆਪਸ ਵਿੱਚ ਨਿਭ ਰਹੀ ਹੈ ਐਂਡ ਕੋਈ ਉਹ ਵੀ ਹੈਗੇ ਜਿਹੜੀ ਨਹੀਂ ਪੂਰੀ ਤਰ੍ਹਾਂ ਸੋਹਣੀ ਤਰ੍ਹਾਂ ਨਿਭ ਰਹੀ ਪਰ ਉਹ ਤਾਂ ਅਸੀਂ ਕੋਈ ਸਟੱਡੀ ਨਹੀਂ ਦੇਖੀ ਕਿਉਂਕਿ ਸੇਮ ਜਿਹੜੇ ਹੈਗੇ ਹੈ ਧਰਮ ਦੇ ਵਿੱਚ ਵੀ ਉਹੀ ਹਾਲ ਹੈ ਕੋਈ ਨਿਭ ਰਹੇ ਹੈ ਕੋਈ ਨਹੀਂ ਨਿਭ ਰਹੇ ਸੋ ਉਹ ਨਹੀਂ ਕਿਹਾ ਜਾ ਸਕਦਾ ਖਾਸ ਤੌਰ 'ਤੇ ਇਸ ਕੇਸ ਦੇ ਦੇਖੀਏ ਅਤੇ ਇਸ ਵੇਲੇ ਦਿਸ ਇਜ਼ ਨੋਟ ਦ ਟਾਈਮ ਇਸ ਵੇਲੇ ਕੋਈ ਤਰ੍ਹਾਂ ਦੀ ਵੀ ਨੈਗੇਟਿਵਿਟੀ ਹੋ ਸਕਦਾ ਤੁਹਾਨੂੰ ਜਿਹੜਾ ਸੈਂਸਿਟਿਵਿਟੀ ਹੈ ਉਹ ਇਸ ਕਰਕੇ ਹੋਏ ਕਿਉਂਕਿ ਉਸ ਪੀਰੀਅਡ 'ਚੋਂ ਤੁਸੀਂ ਐਂਡ ਦੂਸਰਾ ਕਿ ਇਸ ਵੇਲੇ ਕੋਈ ਵੀ ਨੈਗੇਟਿਵਿਟੀ ਪਰ ਓਪਨਨੈਸ ਜ਼ਰੂਰ ਚਾਹੀਦੀ ਹੈ ਆਪਣੇ ਟਰੱਸਟ ਕਰੋ ਪਿਆਰ 'ਤੇ ਆਪਣੇ ਰਿਸ਼ਤੇ 'ਤੇ ਜ਼ਰੂਰ ਗੱਲ ਕਰੋ ਹਸਬੈਂਡ ਨਾਲ ਬਾਕੀ ਜਿਵੇਂ ਸਾਰਿਆਂ ਨੇ ਕਿਹਾ ਛੋਟੀਆਂ ਛੋਟੀਆਂ ਗੱਲਾਂ ਨੂੰ ਇਗਨੋਰ ਕਰਨਾ ਪਏਗਾ ਐਂਡ ਗੋਲ ਇਹੀ ਕਿ ਹਾਂ ਬੱਚਿਆਂ ਨੂੰ ਇੱਕ ਅੱਛੀ ਪਰਵਰਿਸ਼ ਇੱਕ ਅੱਛੀ ਇਨਸਾਨੀਅਤ ਵਾਲੀ ਪਰਵਰਿਸ਼ ਦੇ ਕੇ ਅੱਗੇ ਵੱਡਾ ਕਰੋ ਐਂਡ ਫਿਰ ਅੱਗੇ ਜੋ ਉਹਨਾਂ ਦੀ ਮਰਜ਼ੀ ਹੋਏਗੀ ਉਹ ਦੇਖਾਂਗੇ
पर राइट नाउ जो फर्ज है वो एक एक अच्छी इंसानियत दी दोनों मिलके यू नो परवरिश दो और उदे विच कॉर्डियल आपस विच जिहड़ा कॉन्फ्लिक्ट है वो नहीं चाहिए अपने मन च भी नहीं चाहिए जिवें यू नो अपसेटिंग उन्होंने किसी ने पछाणिया सी कि जदों अपने मन च भी यू नो एक कॉन्फ्लिक्ट हुंदा ते असीं अपसेट हुंदे आ और बच्चों तक कुछ गल पहुँचती है सो कोशिश करो फोकस करके कि भावें अपना हसबेंड नाल गल करके अपने मन नाल ओ करके कि मैं ये चीज़ डिसाइड की है हूँ निक्कियां जल्दियां चुल के लोंग टर्म देख के बच्चों की ग्रोथ वाल ध्यान दिए अज वास्ते इन्ना ही सत श्री अकाल।